ਇਹ ਜੀਆਂ ਹੁਣ ਅੱਜ ਮੇਰੇ ਨਾਲ ਜੱਟ ਬੀਟ ਰੈਕਰਡਸ ਚੈਨਲ ਦੀ ਟੀਮ ਬੈਠੀ ਹੈ ਪੂਰੀ। ਭਾਗੂ ਵੀ ਮੇਰੇ ਨਾਲ ਆ ਅਤੇ ਉਹਦੇ ਨਾਲ ਜਿਹੜੀ ਬਾਕੀ ਟੀਮ ਹੁੰਦੀ ਹੈ ਸਾਰੀ ਉਹ ਵੀ ਮੌਜੂਦ ਆ। ਇੱਕ ਵਾਰ ਤਸਵੀਰਾਂ ਦੇਖ ਲਓ। ਸਭ ਤੋਂ ਜ਼ਿਆਦਾ ਰੋਂਦਾ ਕੌਣ ਹੈ? ਮੇਰੇ ਖਿਆਲ ਨਾਲ ਇਹੀ ਰੋਂਦੇ ਹੋਣੇ। ਸਭ ਤੋਂ ਜ਼ਿਆਦਾ ਮੇਰੀ ਝਿੜਕਾਂ ਪੈਂਦੀਆਂ ਨੇ ਸੈੱਟ 'ਤੇ। ਇਹਨੂੰ ਕਿਤੇ ਕੁੜੀ ਨੂੰ ਫੋਨ ਆ ਗਿਆ ਅਤੇ ਇਹਨੇ ਫਿਰ ਬਣਾਤੀ ਲਾਹ ਪਾਵੀ, ਤੇਰੀ ਭੈਣ ਨੂੰ ਪੁੱਛ, ਤੇਰੀ ਮਾਂ ਨੂੰ ਪੁੱਛ ਵੀ ਤੂੰ ਵੀ ਤੈਨੂੰ ਮਹੀਂ ਮਿਲੀ ਇਕੱਲੀ। ਕਹਿੰਦੀ ਕਿਆ ਹਮਾਰੇ ਵੱਲ ਆ ਕੇ ਫਾੜ ਫਾੜ ਤੂੰ ਵੇਖਤੇ ਰਹਤੇ ਹੋ। ਮੈਂ ਸੁਣਿਆ ਨਹੀਂ ਜੀ, ਦੁਬਾਰਾ ਦੱਸਿਓ ਕਿਆ ਤੁਮ ਕਹਤੇ ਹੋ। ਕਹਿੰਦੀ ਛੋੜ ਦਿਓ ਟੇਢਾ ਟੇਢਾ, ਧੱਕਣਾ ਨਹੀਂ ਕੇਸ ਪਵਾ ਦੂੰਗੀ, ਲਾਸਟ ਵਾਰਨਿੰਗ ਦੇਤੀ ਹੁਣੀ ਪਾਪਾ ਕੋ ਬਤਾ ਦੂੰਗੀ। ਜੇ ਕੁੜਤੇ ਪਜਾਮੇ ਉੱਪਰ ਕੀ ਕੋ ਲੈ ਤੇ ਕਾਲੀ ਖੇਸੀ ਹੋ। ਮਹਾਂ ਜਰ ਭੁੱਲ ਗਿਆ ਵਾ। ਭੋਲਾ ਦਾ ਸੁਪਰ ਸਟਾਰ ਇਹ ਬੰਦਾ ਉਹ ਹੈ ਜਿਹਨੇ ਫੇਸਬੁੱਕ ਤੇ ਯੂਟਿਊਬ ਤੇ ਤਰਥੱਲੀ ਮਚਾਤੀ ਸੀ। 5 ਦਿਨ ਫੇਸਬੁੱਕ ਤੇ ਯੂਟਿਊਬ ਨੂੰ ਹੋਸ਼ ਹੀ ਨਹੀਂ ਆਈ ਸੀ। ਬਾਈ ਜਦੋਂ ਨਿਗਾਹ ਚੈੱਕ ਕਰਾਉਣ ਗਏ ਸੀ ਕੀ ਗੱਲ ਹੋਈ? ਤਾਂ ਬਸ ਨਿਗਾਹ ਘੱਟ ਗਈ ਸੀ। ਅਤੇ ਆਲਮੋਸਟ ਮੈਨੂੰ ਹਲੇ ਤੱਕ ਜਿਹੜੇ ਇਹਨਾਂ ਨੇ ਕਰੈਕਟਰ ਦਿੱਤੇ ਨੇ, ਮੇਰੇ ਤੋਂ ਤਾਂ ਗਾਲਾਂ ਗੁਲਾਂ ਵਾਲੇ ਕਰੈਕਟਰ ਜ਼ਿਆਦਾ ਕਰਾਉਂਦੇ ਨੇ, ਮੈਨੂੰ ਤੱਤਾ ਜਿਹਾ ਕਰੈਕਟਰ ਹੀ ਦਿੰਦੇ ਨੇ। ਅਤੇ ਫਿਰ ਇਹਨਾਂ ਨੇ ਫੋਨ ਕੀਤਾ ਵੀ ਤੁਸੀਂ ਵੀ ਫਿਲਮਾਂ 'ਚ ਕੰਮ ਕਰਦੇ, ਤੁਸੀਂ ਸਾਡੇ ਨਾਲ ਵੀ ਇੱਕ ਕੰਮ ਕਰੋ ਅਤੇ ਫਿਲਮ 'ਚ ਵੀ ਮਦਰ ਦਾ ਰੋਲ ਕਰ ਦੋਗੇ ਤੁਸੀਂ? ਮੈਂ ਕਿਹਾ ਜੀ ਕਰ ਦਾਂਗੇ ਉਦੋਂ, ਪਰ ਮੈਨੂੰ ਸੰਗ ਬੜੀ ਲੱਗਦੀ ਸੀ ਪਿੰਡ ਦੇ। ਇਹ ਕਿੱਤਾ ਕੰਮ ਕਰਨਾ ਮੇਰੀ ਰੋਜ਼ੀ ਰੋਟੀ ਆ, ਮੇਰੇ ਪੇਟ ਦਾ ਸਵਾਲ ਹੈ, ਮੇਰੀ ਜ਼ਿੰਦਗੀ ਦਾ ਸਵਾਲ ਹੈ। ਮੈਂ ਤਾਂ ਕਿੱਤਾ ਕਰਦੀ ਹਾਂ ਐਂ ਲੱਲੀ ਛੱਲੀ ਭੈਣ ਰਸਤੇ ਘੇਰ ਕੇ ਹਰੇ ਖੜ ਜਾ ਕਰੋ ਵੀ ਤੂੰ ਫਲਾਣੀ ਦੀ ਮਸ਼ੂਕ ਹੈ, ਧਮਕੀ ਦੀ ਮਸ਼ੂਕ ਹੈ। ਠੀਕ ਹੈ, ਧੀਆਂ ਮਸ਼ੂਕਾਂ ਨਹੀਂ ਹੁੰਦੀਆਂ, ਠੀਕ ਹੈ, ਇਹ ਸਾਡੀਆਂ ਭੈਣਾਂ ਵੀ ਨੇ, ਸਾਡੀਆਂ ਧੀਆਂ ਵੀ ਨੇ, ਸਭ ਕੁਛ ਹੈ। ਦੇਖਿਓ ਹਜੇ ਫਿਰ ਇੰਜੋਏ ਕਰਿਓ। ਬੰਦਾ ਇਹ ਆ ਬਾਈ, ਸਾਨੂੰ ਸਾਰੀਆਂ ਸਟੋਰੀਆਂ ਲਿਖਾ ਕੇ ਲਿਖ ਕੇ ਦੇ ਦਿੰਦਾ ਆਹ ਚੱਕ, ਅਤੇ ਸਾਨੂੰ ਭੈਣ ਅੱਗੇ ਦੇ ਮੂਹਰੇ ਖੜਾ ਕਰ ਦਿੰਦਾ ਅਤੇ ਆਪ ਸਾਰਾ ਮਗਰ ਲੁਕ ਜਾਂਦਾ। ਇੰਦਰ ਨਾਲ ਬਹੁਤ ਜ਼ਿਆਦਾ ਲੜਾਈ ਹੋਈ ਹੋਵੇ ਜਾਂ ਇੰਦਰ ਨੂੰ ਝਿੜਕਾਂ ਦਿੱਤੀਆਂ ਹੁਣ, ਉਹ ਐਸਾ ਕੋਈ ਡਾਇਲੋਗ ਯਾਦ ਹੈਗਾ? ਝਿੜਕਾਂ ਤਾਂ ਅੱਜ ਮੈਂ ਸਵੇਰੇ ਸਵੇਰੇ ਵੀ ਦੇਖੇ ਹਟੀ ਇਹਨਾਂ ਨੂੰ। ਇੱਕ ਵਾਰੀ ਨਾ ਇੱਕ ਯੂਟਿਊਬਰ ਨੂੰ ਫਾਂਸੀ ਦੀ ਸਜ਼ਾ ਹੋਣ ਲੱਗੀ ਅਤੇ ਜੱਜ ਨੇ ਉਹਨੂੰ ਕਿਹਾ ਕਿ ਤੇਰੀ ਕੋਈ ਆਖਰੀ ਖੁਆਇਸ਼ ਹੈਗੀ ਆ? ਤਾਂ ਉਹਨੇ ਪਤਾ ਕੀ ਕਿਹਾ ਕਿ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਦਿਉ ਅਤੇ ਬੈੱਲ ਆਈਕਨ ਜ਼ਰੂਰ ਪ੍ਰੈਸ ਕਰ ਲਓ। ਅਤੇ ਮੈਂ ਵੀ ਇਹੀ ਕਹਿੰਦੀ ਹਾਂ ਕਿ ਸਬਸਕ੍ਰਾਈਬ ਕਰ ਲਿਓ ਚੈਨਲ ਅਤੇ ਬੈੱਲ ਆਈਕਨ ਪ੍ਰੈਸ ਕਰ ਦਿਓ। ਵੀ ਮਦਰ ਦਾ ਰੋਲ ਕਰ ਦੋਗੇ ਤੁਸੀਂ? ਮੈਂ ਕਿਹਾ ਜੀ ਕਰ ਦਾਂਗੇ ਉਦੋਂ, ਪਰ ਮੈਨੂੰ ਸੰਗ ਬੜੀ ਲੱਗਦੀ ਸੀ ਪਿੰਡ ਦੇ। ਘੱਟੋ ਘੱਟ ਕਿੰਨੇ ਟੇਕ ਸੀ ਤੂੰ ਹੈਗਾ ਜੀ ਉਹਦਾ? ਬਾਈ 90 ਟੇਕ, 90 ਟੇਕ ਮੈਂ ਐਡੀਟਰ ਜਾਂਦਾ ਹਲੇ। ਉਹ ਕਹਿੰਦੀ ਆ ਆਹ ਭਾਈ ਨੂੰ ਮੈਂ ਵੇਖਿਆ, ਇਹ ਭਾਈ ਦਾ ਤੁਹਾਡੇ ਨਾਲ ਵਿਆਹ ਹੋਇਆ ਦੇਖਿਆ ਸੀ, ਫੇਸਬੁੱਕ 'ਤੇ ਵੀ ਦੇਖਿਆ ਸੀ, ਇੰਸਟਾਗ੍ਰਾਮ 'ਤੇ ਵੀ ਵੇਖਿਆ। ਮੈਂ ਕਿਹਾ ਤੁਸੀਂ ਕਿੱਥੇ ਵੇਖ ਲਿਆ? ਕਹਿੰਦੇ ਅਸੀਂ ਰੋਜ਼ ਹੀ ਵੇਖਦੇ ਹਾਂ, ਅਸੀਂ ਵੇਖਿਆ ਇਹਨੂੰ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿੱਥੋਂ ਆਏ ਆ। ਜੈਲਸੀ ਨਹੀਂ ਹੋਈ ਥੋੜ੍ਹੀ ਜੀ? ਹਾਂਜੀ, ਜੈਲਸੀ ਤਾਂ ਨਹੀਂ ਹੁੰਦੀ ਜੀ ਮੈਨੂੰ, ਮੈਨੂੰ ਤਾਂ ਨਹੀਂ ਹੁੰਦੀ ਹੈਗੀ ਜੈਲਸੀ, ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰੇ ਹਸਬੈਂਡ ਵਧੀਆ ਫਿਲਮਾਂ 'ਚ ਆਉਂਦੇ ਨੇ, ਮੇਰਾ ਸਾਥ ਦਿੰਦੇ ਆ। ਕਈ ਸਾਰੇ ਕੰਟੈਂਟ ਤੁਹਾਡੇ ਵਾਇਰਲ ਹੋਏ ਆ ਅਤੇ ਉਹਨਾਂ ਥੱਲੇ ਗਾਲਾਂ ਵੀ ਬਹੁਤ ਜ਼ਿਆਦਾ ਪਈਆਂ ਨੇ, ਅਤੇ ਕਾਰਨ ਕੀ ਹੈ ਕਿ ਲੋਕ ਇੰਨੀਆਂ ਗਾਲਾਂ ਕਿਉਂ ਕੱਢਦੇ ਆ? ਬਾਈ ਜਦੋਂ ਫਿਰ ਫੁੱਲਾਂ ਦੀ ਖੁਸ਼ਬੂ ਲੈਣੀ ਆ ਨਾ, ਫਿਰ ਕੰਡੇ ਵੀ ਬਰਦਾਸ਼ਤ ਕਰਨੇ ਸਿੱਖੀਏ। ਘਰੇ ਇੱਕ ਗੁਲਾਬ ਦਾ ਬੂਟਾ ਲਾਉਣਾ, ਜਦੋਂ ਉੱਪਰ ਆਪਾਂ ਤਾਂ ਗੁਲਾਬ ਦਾ ਫੁੱਲ ਤਾਂ ਦੇਖ ਲੈਂਦੇ, ਖੁਸ਼ਬੂ ਵੀ ਵਧੀ ਸੋਹਣੀ ਆਉਂਦੀ ਹੈ, ਪਰ ਉਹਦੇ ਨੀਚੇ ਕੰਡੇ ਵੀ ਹੁੰਦੇ ਨੇ, ਸਭ ਕੁਛ ਹੈ। ਕੰਡੇ ਵੀ ਆਉਣਗੇ ਅਤੇ ਖੁਸ਼ਬੂ ਵੀ ਆਊਗੀ, ਜੇ ਨਾਲ ਸਾਨੂੰ ਗਾਲਾਂ ਵੀ ਆਉਂਦੀਆਂ ਨੇ ਤਾਂ ਐਪਰੀਸ਼ੀਏਟ ਵੀ ਕਰਦੇ ਨੇ ਲੋਕ। ਇੱਕ ਆਮ ਬੰਦਾ ਹੈ ਜਿਵੇਂ ਉਹ ਆਪਣੀ ਜ਼ਿੰਦਗੀ 'ਚ 5,000 ਸ਼ਬਦ ਹੀ ਯੂਜ ਕਰਦਾ, ਉਦੋਂ ਵੱਧ ਕਰਦਾ ਨਹੀਂ ਹੈਗਾ।
ਹੁਣ ਜਿਹੜੀਆਂ ਚੀਜ਼ਾਂ ਨਿਕਲ ਕੇ ਆਉਣੀਆਂ ਨੇ ਉਹ 5,000-6,000 ਸ਼ਬਦਾਂ ਦੇ ਵਿੱਚੋਂ ਹੀ ਨਿਕਲ ਕੇ ਆਉਣੀਆਂ ਨੇਗੀਆਂ। ਜਿਹੜੀਆਂ ਇਹ ਸਾਡੀਆਂ ਚੀਜ਼ਾਂ ਨੇ ਇਹ ਵੀ ਉਹਨਾਂ ਦੇ ਵਿੱਚ ਹੀ ਨੇਗੀਆਂ। ਇਹ ਤਾਂ ਲੋਕਾਂ ਦੀ ਮਾਨਸਿਕਤਾ ਵੀ ਉਹਦੇ ਵਿੱਚੋਂ ਲੈਣਾ ਕੀ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ। ਅੱਜ ਮੇਰੇ ਨਾਲ ਜੱਟ ਬੀਟ ਰੈਕਰਡਸ ਚੈਨਲ ਦੀ ਟੀਮ ਬੈਠੀ ਹੈ ਪੂਰੀ। ਭਾਗੂ ਵੀ ਮੇਰੇ ਨਾਲ ਆ ਅਤੇ ਉਹਦੇ ਨਾਲ ਜਿਹੜੀ ਬਾਕੀ ਟੀਮ ਹੁੰਦੀ ਹੈ ਸਾਰੀ ਉਹ ਵੀ ਮੌਜੂਦ ਆ। ਇੱਕ ਵਾਰ ਤਸਵੀਰਾਂ ਦੇਖ ਲਓ, ਉਹ ਚਿਹਰੇ ਦੇਖ ਲਓ ਜਿਹੜੇ ਯੂਟਿਊਬ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਦੇਖਦੇ ਹੋ। ਅਤੇ ਗੱਲਬਾਤ ਇਹ ਸਾਰੀ ਟੀਮ ਦੇ ਨਾਲ ਕਰਾਂਗੇ ਕਿ ਟੀਮ ਦੀ ਸ਼ੁਰੂਆਤ ਕਦੋਂ ਹੁੰਦੀ ਹੈ, ਕਿਵੇਂ ਇਹ ਸਾਰੀ ਟੀਮ ਬਣਦੀ ਹੈ, ਅਤੇ ਕਿਵੇਂ ਅੱਜ ਯੂਟਿਊਬ ਚੈਨਲ 'ਤੇ ਜਦੋਂ ਇਹਨਾਂ ਦਾ ਪੂਰਾ ਸੁਪਰ ਡੁਪਰ ਹਿੱਟ ਚੈਨਲ ਹੁੰਦਾ ਤਾਂ ਕਿਵੇਂ ਦਾ ਮਹਿਸੂਸ ਕਰਦੇ। ਅੰਦਰ ਬਾਈ ਮੇਰੇ ਨਾਲ ਬੈਠੇ ਅਤੇ ਨਾਲ ਬਬਲ ਹੈ ਅਤੇ ਹੋਰ ਟੀਮ ਹੈ ਉਹਨਾਂ ਦੀ। ਬਾਈ ਸਤਿ ਸ਼੍ਰੀ ਅਕਾਲ, ਸਮਾਂ ਦਿੱਤਾ ਪਹਿਲਾਂ ਤੋਂ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਬਾਈ, ਤੁਸੀਂ ਪਹਿਲਾਂ ਦੱਸੋ ਨੂੰ ਭਾਲਿਆ ਕਿਵੇਂ ਕਿਵੇਂ ਚੱਲ ਰਹੀ ਹੈ ਜ਼ਿੰਦਗੀ? ਅਤੇ ਹੁਣ ਜਿਹੜਾ ਸ਼ੂਟ, ਤੁਹਾਨੂੰ ਮਾਫ਼ ਕਰਿਓ ਥੋੜ੍ਹਾ ਜਿਹਾ ਰੁਕਾ ਲਿਆ ਸੀ ਤੁਹਾਡਾ ਸ਼ੂਟ ਅਤੇ ਇੰਟਰਵਿਊ ਕਰਨ ਦੇ ਲਈ। ਪਹਿਲਾਂ ਤਾਂ ਸਾਡਾ ਟਿਕਾਣਾ ਕਿਹਨੇ ਦੱਸਤਾ ਤੁਹਾਨੂੰ? ਤੁਹਾਡੇ ਪਿੰਡ 'ਚ ਵੀ ਪੁੱਛਿਆ ਸੀ ਬਾਈ। ਪਿੰਡ ਵਾਲੇ ਬਾਹਲੇ ਖਰਾਬ ਨੇ ਯਾਰ। ਅਤੇ ਮੈਂ ਸਾਰੀ ਟੀਮ ਦੇ ਨਾਲ ਗੱਲਬਾਤ ਕਰਦਾ ਅਤੇ ਸਭ ਤੋਂ ਪਹਿਲਾ ਸਵਾਲ ਇੰਦਰ ਬਾਈ, ਵੱਖਰੇ ਵੱਖਰੇ ਜੇ ਕੰਸੈਪਟ ਇਹ, ਬਾਕੀ ਯੂਟਿਊਬਰਾਂ ਦੇ ਨਾਲ ਵੱਖਰੇ ਕੰਸੈਪਟ ਇਹ ਆਉਂਦੇ ਕਿੱਥੋਂ ਆ, ਕਿਵੇਂ ਦਿਮਾਗ ਦੇ ਵਿੱਚ ਆਉਂਦੇ ਆ? ਇਹ ਤਾਂ ਬਾਈ ਮਤਲਬ ਕਿ ਆਪਣੇ ਪਰਿਵਾਰਕ ਗੱਲਾਂ ਹੀ ਨੇ ਸਾਰੀਆਂ, ਵਿਚਰਦੀਆਂ ਨੇ ਗੱਲਾਂ ਜਿਹੜੀਆਂ, ਅਤੇ ਬਸ ਦੂਜੀ ਦੇਖ ਲਿਆ ਜਿਵੇਂ ਚਾਚੇ ਤਾਏ ਦੇਖ ਲਏ ਸਿਸਟਮ, ਵਿਹੜੇ ਮੁਹੱਲੇ 'ਚ ਦੇਖ ਲਿਆ ਕੀ ਕੰਮ ਹੁੰਦਾ, ਉਵੇਂ ਚੱਕੀ ਜਾਂਦਾ। ਬਾਕੀ ਆਹ ਮੁੱਛੜ ਜਿਹਾ ਲਿਖਦਾ ਮੈਂ ਸਾਰਾ ਕੁਛ, ਮੈਂ ਤਾਂ ਕਰ ਦਿੰਦਾ ਹੁਣ। ਤੁਸੀਂ ਲਿਖਦੇ ਹੋ ਬਾਈ ਸਾਰਾ? ਅੱਛਾ, ਅਤੇ ਅੱਗ ਭਰਾ ਹੋ ਜਾਂਦਾ। ਅਤੇ ਬਾਕੀ ਤੁਹਾਡੇ ਹੱਥ ਕਮਾਨ ਫੜਾ ਦਿੰਦੇ ਵੀ ਤੂੰ ਛੱਡ ਦੇ ਹੁਣ? ਮੈਂ ਉਹਦੇ ਹੱਥ ਫੜਾ ਦਿੰਦਾ। ਉਹਦੇ ਹੱਥ ਉਹ ਬਾਈ ਕੀ ਕੰਮ ਕਰਦਾ? ਉਹ ਸਾਡੇ ਜਿਹੜੇ ਡਾਇਰੈਕਟਰ ਨੇ ਨਾ, ਅੱਛੇ ਡਾਇਰੈਕਟਰ ਵੀ ਨੇ, ਅੱਛੇ ਕੈਮਰਾਮੈਨ ਵੀ ਨੇ, ਅਤੇ ਉਹਨਾਂ ਤੋਂ ਸਭ ਤੋਂ ਜ਼ਿਆਦਾ ਵਧੀਆ ਅਤੇ ਐਕਟਰ ਵੀ ਨੇ, ਅਤੇ ਸੁਭਾਅ ਦੇ ਬਹੁਤ ਹੀ ਨਰਮ ਦਿਲ ਦੇ ਨੇ, ਮਤਲਬ ਕਿ ਕੜਾਹ ਵਰਗਾ ਸੁਭਾਅ ਹੈ, ਮਿੱਠਾ ਅਤੇ ਨਰਮ। ਕੀ ਬਾਤ ਹੈ! ਅਤੇ ਬਾਈ ਬੋਲਦੇ ਨਹੀਂ ਹੈਗੇ, ਹੁਣ ਚੁੱਪ ਕਰਕੇ ਬਹਿ ਗਏ? ਨਹੀਂ, ਠੀਕ ਹੈ ਵੀਰੇ, ਬੋਲਦਾ ਮੈਂ ਕੀ ਬੋਲਾਂ, ਇਹ ਨਹੀਂ ਤਾਰੀਫ ਸੁਣ ਕੇ। ਅੱਛਾ, ਜ਼ਿਆਦਾ ਕਰਤੀ? ਜ਼ਿਆਦਾ ਕਰਤੀ ਥੋੜ੍ਹੀ। ਅੱਛਾ, ਨਾਮ ਦੱਸ ਦਿਓ ਪਹਿਲਾਂ। ਹਰਮੇਸ਼ ਹੈ ਜੀ? ਹਰਮੇਸ਼ ਹਰਮੇਸ਼ ਜੀ। ਅਤੇ ਇਹ ਜੋੜੀ ਇਕੱਠੀ ਕਿਵੇਂ ਹੁੰਦੀ ਆ ਇੰਦਰ ਅਤੇ ਤੁਸੀਂ ਇਕੱਠੇ ਕਿਵੇਂ? ਅਸੀਂ ਇਕੱਠੇ ਹੋਏ ਜੱਸ ਥਰੂ ਜੱਸਾ। ਅੱਛਾ, ਹਾਂ, ਜੋ ਅੱਜ ਹੈ ਨਹੀਂ ਉਰੇ ਫਿਲਹਾਲ ਕੰਮ 'ਤੇ ਬਾਹਰ, ਉਹਨੇ ਮਿਲਾਇਆ ਸੀ ਸਾਨੂੰ। ਅਸੀਂ ਮੈਂ ਅਤੇ ਜੱਸ ਪਹਿਲਾਂ ਕੰਮ ਕਰਦੇ ਹੁੰਦੇ ਸੀ ਇਕੱਠੇ, ਅਤੇ ਜੱਸ ਨੇ ਇੰਦਰ ਨਾਲ ਮਿਲਾਇਆ। ਐਡੀਟਰ ਦੀ ਲੋੜ ਸੀ ਇਹਨਾਂ ਨੂੰ, ਮੈਂ ਐਡੀਟਿੰਗ ਵੀ ਕਰਦਾ। ਐਡੀਟਿੰਗ ਕਰਕੇ ਇਹਦੀ ਲਾਈਨ 'ਚ ਕੁੱਦੇ ਸੀ ਇੰਦਰ ਹੋਰਾਂ ਨਾਲ, ਅਤੇ ਫਿਰ ਅੱਜ ਕੈਮਰਾ ਵੀ ਚਲਾਉਣ ਦਾ? ਉਹ ਪਹਿਲਾਂ ਵੀ ਚਲਾਉਂਦਾ ਸੀ, ਪਹਿਲਾਂ ਵੀ ਚਲਾਉਂਦਾ। ਹਾਂਜੀ ਹਾਂਜੀ ਹਾਂਜੀ। ਕਿਹੜਾ ਪਿੰਡ ਆ ਬਾਈ ਦਾ? ਨੇੜੇ ਨੇੜੇ ਇਹਦਾ ਪਿੰਡ ਬਾਈ ਹੈਗਾ ਗੁਜਰਾ। ਅੱਛਾ, ਪਰ ਐਂ ਲਾ ਵੀ ਹੁਣ ਸਾਡਾ ਭਾਈ ਹੈ, ਜੇ ਸਾਨੂੰ ਘੰਟਾ ਕੁ ਗੱਲ ਦੇ। ਕਈ ਵਾਰੀ ਨਾ ਇਹਨੂੰ ਆਦਤ ਹੈ, ਫੋਨ ਇਹਦਾ ਹੈਗਾ ਨੋਟ ਅਪਰੋਚੇਬਲ ਲਾਉਣ ਦਾ, ਇਹਦਾ ਪਤਾ ਨਹੀਂ ਕੀ ਲਾਉਂਦਾ ਇਹ ਨੋਟ ਅਪਰੋਚੇਬਲ। ਫਿਰ ਮੈਨੂੰ ਇਹਦੇ ਲੋਰੀਆਂ ਵੀ ਚੜ੍ਹਦੀ ਰਹੇ ਅਤੇ ਸਾਲਾ ਦਿਲ ਚੁਲੂ ਮੁਲੂ ਦਾ ਵੀ ਹੋ ਜਾਂਦਾ ਵੀ ਯਾਰ ਫੋਨ ਫੋਨ ਚੱਕ ਰਿਹਾ ਬੰਦਾ, ਕਿਤੇ ਜ਼ਿਆਦਾ ਜਹਾਜ਼ ਚਾੜ ਕੇ ਰੱਖਦਾ ਮੈਂ, ਜਹਾਜ਼ ਆ ਚਾੜ ਦਿੰਦਾ ਪਹਿਲਾਂ ਫੋਨ 'ਤੇ। ਅੱਛਾ, ਅਤੇ ਉਹ ਬਹੁਤ ਘੱਟ ਬੋਲਦੇ ਤੁਹਾਡੇ 'ਚੋਂ, ਤੁਸੀਂ ਨਾਮ ਦੱਸ ਦਿਓ ਪਹਿਲਾਂ ਤਾਂ ਆਪਣਾ ਕੀ ਆ? ਕਮਲ ਕੌਰ। ਕਮਲ ਕੌਰ, ਇਹਨੇ ਸ਼ਰਮੀਲੇ ਕਿਉਂ ਤੁਸੀਂ? ਇਹਦਾ ਨਵਾਂ ਨਵਾਂ ਵਿਆਹ ਹੋਇਆ, ਨਵੀਂ ਨਵੀਂ ਵੋਟੀ ਘੱਟ ਬੋਲਦੀ ਹੁੰਦੀ ਹੈ, ਉਸ ਤੋਂ ਬਾਅਦ ਫਿਰ ਆਪਦਾ ਰੰਗ ਦੇਖਾਉਣੇ ਸਟਾਰਟ ਕਰ ਦਿੰਦੀ। ਅਤੇ ਕੀ ਕਾਰਨ ਕੀ ਹੈ? ਸੰਗ ਲੱਗਦੀ ਹੈ ਅੰਦਰ ਤੋਂ? ਹਾਂਜੀ, ਲੱਗੂਗੀ ਹੀ। ਕਿਉਂ? ਵਿਆਹ ਹੋਇਆ ਮੇਰਾ, ਪੰਗਾ ਖੜਾ ਕਰਦੀ ਕਿਤੇ ਤੂੰ, ਹਜੇ ਮੈਂ ਕਰਾਉਣਾ ਸਾਰਾ ਕੁਛ। ਅੱਛਾ, ਤੇ ਕਿੱਥੋਂ ਰਹਿਣ ਵਾਲੇ ਹੋ ਤੁਸੀਂ? ਜੀ, ਮੈਂ ਲੁਧਿਆਣੇ ਤੋਂ ਆ। ਲੁਧਿਆਣੇ ਤੋਂ? ਹਾਂਜੀ। ਅੱਛਾ, ਤੇ ਫਿਰ ਕਿਵੇਂ ਇਕੱਠੇ ਹੁੰਦੇ ਤੁਸੀਂ? ਮੈਂ ਜੀ ਆਉਂਦੀ ਹੁੰਦੀ ਹਾਂ ਇੱਥੇ। ਸ਼ੁਰੂਆਤ ਕਦੋਂ ਹੁੰਦੀ ਹੈ, ਕਿਵੇਂ ਸਵਾਬ ਬਣਿਆ ਸੀ, ਮਿਲੇ ਕਿਵੇਂ ਸੀ? ਜੀ, ਮੈਂ ਪਹਿਲਾਂ ਬੈਂਕ 'ਚ ਜੋਬ ਕਰਦੀ ਸੀ। ਅੱਛਾ, ਤੇ ਟਿਕਟੋਕ ਬਣਾਉਂਦੀ ਸੀ। ਇਹ ਨਾ ਟਿਕਟੋਕ ਬਣਾਉਂਦੀ, ਅਸਲ ਤੁਹਾਨੂੰ ਮੈਂ ਦੱਸ ਦੇਣਾ, ਸੱਚ ਨਹੀਂ ਦੱਸਣਾ ਹੈਗਾ, ਇਹ ਬਣਾਉਂਦੀ ਟਿਕਟੋਕ। ਅਤੇ ਮੈਂ ਦਿੱਲੀ ਤੋਂ ਆ ਰਹੀ ਟ੍ਰੇਨ ਦੇ ਵਿੱਚ, ਮੈਂ ਦੇਖਿਆ, ਮੈਂ ਕਿਹਾ ਭਾਈ ਕੁੜੀ ਵਧੀਆ ਫੁੱਲ ਜਿਹੀ ਵਾਲੀ, ਇਹਦੇ ਉਰੇ ਫੁੱਲ ਜਿਹਾ ਲਵਾਇਆ ਹੋਇਆ ਇੱਥੇ ਦੇ ਕਮਲ ਦਾ, ਅਤੇ ਮੈਂ ਕਿਹਾ ਕੁੜੀ ਦਾ ਸੋਹਣੀ ਹੈ ਯਾਰ, ਵੀ ਇਹਨੂੰ ਪੁੱਛਦਾ, ਸਾਨੂੰ ਕੁੜੀ ਦੀ ਲੋੜ ਸੀਗੀ।
ਤੇ ਸਾਡੀ ਤਾਂ ਫਿਲਮ ਆਉਣੀ ਸੀਗੀ ਨੂੰਹ ਤੱਤੀ ਸੱਸ ਕਪੱਤੀ, ਉਹ ਵੀ ਇਹਨੇ ਕੰਜਰ ਨੇ ਲਿਖੀ ਸੀ, ਇਹੀ ਸਾਰਾ ਪੰਗੇ ਹੀ ਖੜੇ ਕਰਦਾ ਜਾਣੂੰ। ਤੇ ਨੂੰਹ ਤੱਤੀ ਸੱਸ ਕਪੱਤੀ ਲਿਖੀ ਸੀ ਮੈਂ, ਫਿਰ ਉਹਨੂੰ ਕੁੜੀ ਨੂੰ ਪਿਆ ਟਿਕਟੋਕ 'ਤੇ ਮੈਸੇਜ ਭੇਜਿਆ, ਮੈਂ ਕਿਹਾ ਵੀ ਮੈਨੂੰ ਨੰਬਰ ਸੈਂਡ ਕਰੀ ਤੇਰਾ, ਉਹਨੇ ਨੰਬਰ ਸੈਂਡ ਕੀਤਾ ਅਤੇ ਫਿਰ ਉਹਨੇ ਬਜੇ ਬੈਂਕ ਦੇ ਵਿੱਚ ਜੋਬ ਕਰਨ ਕੇ ਬੜੇ ਰਜੇ ਮੈਂ ਇੱਕ ਦਿਨ ਕੱਢਿਆ ਉਹਨੇ ਅਤੇ ਬੈਂਕ ਦੀ ਨੌਕਰੀ ਛੱਡਾਤੀ। ਫਿਰ ਹੁਣ ਛੁੱਟ ਗਈ, ਹੁਣ ਫੇਮਸ ਹੋ ਗਈ ਕੁੜੀ, ਹੁਣ ਇੰਨੇ ਕੁ ਰੁਪਏ ਤਾਂ ਉਹੀ ਕਮਾ ਲੈਂਦੀ ਹੈ, ਹੋਰ ਵਾਧੂ ਸਿਸਟਮ ਆਉਣੇ ਬਾਈ। ਕਾਰਨ ਕੀ ਹੈ, ਫਿਲਮਾਂ 'ਚ ਤਾਂ ਬੜੇ ਬੋਲਦੇ ਆ, ਇੱਥੇ ਚੁੱਪ ਚੁੱਪ ਕਿਵੇਂ ਆ? ਫਿਰ ਅੱਜ ਵਿਆਹ ਹੋਇਆ ਨਾ, ਫੀਲਿੰਗ ਚੱਕੀ ਹੋਈ ਇਹਨੇ ਹੁਣ। ਤੇ ਬਾਈ ਤੁਸੀਂ ਆਪਣਾ ਨਾਮ ਦੱਸ ਦਿਓ ਕੀ ਆ? ਮੇਰਾ ਨਾਮ ਬਈ ਹੈ ਤਾਂ ਸੁਖਵਿੰਦਰ ਹੈਗਾ, ਤੇ ਮੈਨੂੰ ਪਿੰਡੀਆਂ ਵਾਲਾ ਕਹਿੰਦੇ ਨੇ। ਉਹ ਕਿਉਂ ਕਹਿੰਦੇ ਆ? ਉਹ ਬਾਈ ਮੇਰਾ ਪਿੰਡ ਲੌਂਗੋਵਾਲ, ਉਹਦੇ ਨਾਲ ਪਿੰਡੀਆਂ ਪੈਂਦੀਆਂ ਨੇ ਤੇ 40 ਕੁ ਘਰ ਨੇਗੇ ਸਾਡੇ ਉਹ, ਤੇ ਉੱਥੇ ਰਹਿਣਾ ਮੈਂ ਤਾਂ। ਤੇ ਨਾਮਕਰਨ ਕਿਹਨੇ ਕੀਤਾ ਸੀ? ਇਹ ਬਾਈ ਮੈਨੂੰ ਸਕੂਲ ਦੇ ਵਿੱਚ ਹੀ ਕਹਿੰਦੇ ਹੁੰਦੇ, ਮੈਡਮ ਕਹਿੰਦੀ ਹੁੰਦੀ ਤੇ ਪਰ ਮੇਰੇ ਨਾਲ ਦੇ ਪਿੰਡੀਆਂ ਵਾਲਿਆ ਕਹਿੰਦੇ ਹੁੰਦੇ, ਮੈਨੂੰ ਵਧੀਆ ਲੱਗਿਆ ਨਾਮ। ਤੇ ਫਿਰ ਮੈਨੂੰ ਤੇਰੀ ਗੱਲ ਬਹੁਤ ਸੋਹਣੀ ਲੱਗੀ ਯਾਰ, ਤੇਰੇ ਬੋਲਣ ਦਾ ਤਰੀਕਾ ਬਹੁਤ ਸੋਹਣਾ ਲੱਗਿਆ। ਤੇ ਬਸ ਇਹ ਤਾਂ ਬਈ ਇਹੀ ਹੈ। ਤੇ ਫਿਲਮਾਂ 'ਚ ਕਿਹੜਾ ਕਰੈਕਟਰ ਕਰਦੀ ਬਾਈ? ਜਿਹੜਾ ਮਰਜ਼ੀ ਮਿਲ ਜੇ, ਜਿਹੜਾ ਮਰਜ਼ੀ ਅੜ ਜੇ, ਉਹੀ ਕਰਦੇ। ਤੇ ਬਾਈ ਕਿਵੇਂ ਫਿਲਮਾਂ ਇੰਦਰ ਨਾਲ ਕਿਵੇਂ ਸੰਪਰਕ ਬਣਿਆ ਸੀ ਫਿਲਮਾਂ ਲਿਖਣ ਵਾਲਾ? ਸਾਨੂੰ ਮਿਲਿਆ ਵਾਲਾ ਜੱਸਾ ਹੀ ਹੈ। ਅੱਛਾ, ਭੱਜ ਭੱਜ ਗਿਆ ਜਾ ਆਪ ਬਾਰੇ ਵੀ ਤੁਰਿਆ ਫਿਰਦਾ, ਨਜ਼ਾਰੇ ਲੈਂਦਾ ਫਿਰਦਾ, ਸਾਨੂੰ ਸਾਰਿਆਂ ਨੂੰ ਮਿਲਿਆ ਵਾਲਾ ਜੱਸਾ ਹੈ। ਕਿਆ ਬਾਤ ਹੈ ਯਾਰ, ਫਿਰ ਇਹਦਾ ਮਤਲਬ ਜੱਸੇ ਦਾ ਬਹੁਤ ਯੋਗਦਾਨ ਹੈ। ਬਹੁਤ ਯੋਗਦਾਨ ਹੈ ਯਾਰ ਸਾਨੂੰ, ਅੱਜ ਜੇ ਸਾਡਾ ਚੈਨਲ ਸਟੈਬਲਿਸ਼ ਅੱਜ ਖੜਿਆ ਕਿਸੇ ਜਗ੍ਹਾ 'ਤੇ ਮਕਾਂ, ਕਿਉਂਕਿ ਯੂਟਿਊਬ ਚੈਨਲ ਬਣਾਉਣਾ, ਕਿਸੇ ਵੀ ਚੀਜ਼ ਨੂੰ ਬਣਾਉਣਾ, ਇੱਜ਼ਤ ਬਣਾਉਣੀ ਅਤੇ ਕੰਮ ਕਾਰ ਬਣਾਉਣਾ ਬਹੁਤ ਸੌਖਾ ਹੈ, ਵੀ ਹਰ ਇੱਕ ਬੰਦਾ ਸ਼ੁਰੂ ਕਰ ਸਕਦਾ ਅਤੇ ਬਣਾ ਸਕਦਾ, ਪਰ ਉਹਨੂੰ ਸਟੇਬਲ ਕਰਕੇ ਰੱਖਣਾ ਉਦੋਂ ਵੀ ਜ਼ਿਆਦਾ 10 ਗੁਣਾ ਔਖਾ ਹੈ। ਅਤੇ ਜੱਸੇ ਦਾ ਇਹਦੇ ਵਿੱਚ ਮੈਨੂੰ ਲੱਗਦਾ ਵੀ 99% ਰੋਲ ਹੈ ਇਹਨੂੰ ਚੀਜ਼ ਨੂੰ ਸਟੇਬਲ ਕਰਾਉਣ 'ਚ। ਉਹ ਕਿਵੇਂ ਹੈ? ਕਿਉਂਕਿ ਬੰਦਾ ਸੁਭਾਅ ਦਾ ਬਾਹਲੀ ਨਰਮ ਹੈ, ਜੇ ਅਸੀਂ ਗਾਲ ਵੀ ਕੱਢ ਦਈਏ ਉਹਨੂੰ ਤਾਂ ਰੋ ਪੈਂਦਾ। ਅਤੇ ਇੱਧਰ ਇੱਧਰ ਬਾਈ ਇਹਨਾਂ ਦਾ ਨਾਮ ਦੱਸ ਦਿਓ ਕੀ? ਹਰਮਨ ਵੀਰੇ, ਮੇਰੇ ਨਾਮ ਹਰਮਨ ਬਾਈ। ਅਤੇ ਬਾਈ ਇਹ ਇਹਨਾਂ ਨੂੰ ਕਦੇ ਦੇਖਿਆ ਨਹੀਂ ਕੈਮਰੇ ਸਾਹਮਣੇ, ਕੀ ਕਾਰਨ? ਇਹ ਤਾਂ ਭਾਈ ਇਹੀ ਦੱਸ ਸਕਦਾ ਫਿਰ ਹੁਣ ਜਿਹਨੇ ਅੱਗ ਲਾਈ ਹੈ। ਕੈਮਰੇ ਸਾਹਮਣੇ ਦੇਖਿਆ ਨਹੀਂ, ਕੀ ਕਾਰਨ? ਮੈਂ ਵੀਰੇ ਕੈਮਰੇ ਦੇ ਪਿੱਛੇ ਜ਼ਿਆਦਾ ਕੰਮ ਕਰਦਾ, ਮੈਂ ਕੈਮਰੇ ਨੂੰ ਓਪਰੇਟ ਕਰਦਾ, ਮੈਂ ਅਤੇ ਹਰਮੇਸ਼ ਦੋਨੋਂ ਕੈਮਰਾ ਓਪਰੇਟ ਕਰਦੇ ਹਾਂ। ਹਾਂਜੀ। ਅੱਗੇ ਇਹਦੇ ਪਾਸੇ ਤੁਸੀਂ ਫਿਲਮਾਂ 'ਚ ਕਿਹੜਾ ਕਰੈਕਟਰ ਕਰਦੇ ਹੋ ਅਤੇ ਨਾਮ ਕੀ ਆ ਉਹ ਵੀ ਦੱਸ? ਮੇਰਾ ਨਾਮ ਬੱਬਲ ਕੌਰ ਹੈ ਅਤੇ ਆਲਮੋਸਟ ਮੈਨੂੰ ਹਲੇ ਤੱਕ ਜਿਹੜੇ ਇਹਨਾਂ ਨੇ ਕਰੈਕਟਰ ਦਿੱਤੇ ਨੇ, ਮੇਰੇ ਤੋਂ ਤਾਂ ਗਾਲਾਂ ਗੁਲਾਂ ਵਾਲੇ ਕਰੈਕਟਰ ਜ਼ਿਆਦਾ ਕਰਾਉਂਦੇ ਨੇ, ਮੈਨੂੰ ਤੱਤਾ ਜਿਹਾ ਕਰੈਕਟਰ ਹੀ ਦਿੰਦੇ ਨੇ। ਕੀ ਕਾਰਨ ਹੈ? ਸੁਭਾਅ 'ਚ ਤਾਂ ਬਹੁਤ ਨਰਮੀ ਆ ਤੁਹਾਡੀ। ਨਹੀਂ, ਸੁਭਾਅ 'ਚ ਤਾਂ ਨਰਮੀ ਹੈ ਪਰ ਮੈਂ ਕਾਫੀ ਸਾਰੇ ਐਪੀਸੋਡਾਂ ਵਿੱਚ ਕਰ ਚੁੱਕੀ ਹਾਂ ਕਿ ਮੇਰੀ ਇਹਨਾਂ ਨਾਲ ਆਲਮੋਸਟ ਖੜਕਦੀ ਰਹਿੰਦੀ ਆ। ਉਂਝ ਬਣਦੀ ਆ ਕੈਮਰੇ ਤੋਂ? ਹਾਂ, ਉਂਝ ਤਾਂ ਬਹੁਤ ਬਣਦੀ ਆ। ਕਿਵੇਂ ਸਵੱਬ ਕਿਵੇਂ ਇਕੱਠੇ ਕਿਵੇਂ ਹੋਏ ਸੀ ਦੋਨੇ? ਐਕਚੁਅਲੀ ਅਸੀਂ ਕਿਸੇ ਸ਼ੂਟ 'ਤੇ ਮਿਲੇ ਸੀਗੇ, ਭੋਲਾ ਵੀਰ ਜੀ ਨੇ ਇੱਕ ਉਹਨਾਂ ਦੇ ਸ਼ੂਟ 'ਤੇ ਮਿਲੇ ਸੀ ਅਸੀਂ, ਉਹਨਾਂ ਦੀ ਫਿਲਮ 'ਚ ਮੈਂ ਵੀ ਕਰੈਕਟਰ ਕੀਤਾ ਸੀ, ਉੱਥੇ ਮੈਨੂੰ ਇੰਦਰ ਮਿਲੇ ਸੀ। ਤੁਸੀਂ ਕਿਵੇਂ ਇਕੱਠੇ ਹੁੰਦੇ ਹੋ ਇੱਕ ਫਿਲਮ ਦੇ ਵਿੱਚ, ਕਿਵੇਂ ਇਹਨਾਂ ਟੀਮ ਦੇ ਨਾਲ ਸਾਰੀ ਦੇ ਨਾਲ ਜੁੜ? ਹਾਂਜੀ, ਸਾਡੇ ਪਿੰਡ ਦੇ ਨਹੀਂ ਜੀ, ਇੰਦਰਜੀਤ ਸਿੰਘ ਬਹੁਤ ਅੱਛੇ ਸੁਭਾਅ ਦੇ ਨੇ, ਚੰਗੇ ਨੇ, ਇਹਨਾਂ ਨੇ ਮੈਨੂੰ ਭੈਣ ਬਣਾਇਆ ਹੋਇਆ ਇੱਥੇ। ਫਸਟ ਟਾਈਮ 'ਤੇ ਇਹਨਾਂ ਨੇ ਇੱਕ ਫਿਲਮ ਕੀਤੀ ਸੀ ਸਾਡੇ ਕੋਠੀ ਵਾਲਿਆਂ ਦੇ ਮਿੱਠੂ ਕੇ ਘਰ, ਅਤੇ ਉੱਥੇ ਮੈਨੂੰ ਮਿਲੇ ਸੀ ਹਰਮੀਤ ਜੱਸੀ ਸੀਗੀ, ਫਿਰ ਇਹਨਾਂ ਨੂੰ ਪਤਾ ਲੱਗ ਗਿਆ, ਇਹਨਾਂ ਨੇ ਮੇਰਾ ਨੰਬਰ ਲੈ ਲਿਆ ਉਹਦੇ ਕੋਲੋਂ, ਬੱਬੂ ਕੋਲੋਂ ਅਤੇ ਹਰਮੀਤ ਕੋਲੋਂ, ਅਤੇ ਫਿਰ ਇਹਨਾਂ ਨੇ ਫੋਨ ਕੀਤਾ ਵੀ ਤੁਸੀਂ ਵੀ ਫਿਲਮਾਂ 'ਚ ਕੰਮ ਕਰਦੇ, ਤੁਸੀਂ ਸਾਡੇ ਨਾਲ ਵੀ ਇੱਕ ਕੰਮ ਕਰੋ ਅਤੇ ਫਿਲਮ 'ਚ ਵੀ ਮਦਰ ਦਾ ਰੋਲ ਕਰ ਦੋਗੇ ਤੁਸੀਂ? ਮੈਂ ਕਿਹਾ ਜੀ ਕਰ ਦਾਂਗੇ ਉਦੋਂ, ਪਰ ਮੈਨੂੰ ਸੰਗ ਬੜੀ ਲੱਗਦੀ ਸੀ ਪਿੰਡ ਦੇ। ਬਹੁਤ ਕਰਾਈ ਸੀ ਬਾਈ ਪਹਿਲੇ ਦੱਸਦਾ ਤੈਨੂੰ ਮੈਂ, ਘੱਟੋ ਘੱਟ ਕਿੰਨੇ ਟੇਕ ਸੀ ਤੂੰ ਹੈਗਾ ਜੀ ਉਰੇ ਦਾ? ਬਾਈ 90 ਟੇਕ ਆ, 90 ਟੇਕ ਮੈਂ ਐਡੀਟਰ ਜਾਂਦਾ ਹਲੇ ਚੱਲਦੇ ਸਾਂ ਬਾਈ ਵਾਲੇ ਚੱਲਦੇ ਚੱਲਦੇ 90 ਟੇਕ ਬਾਈ ਜੀ ਪਹਿਲੀ ਵਾਰ 'ਚ ਹੀ ਮੈਂ ਅੱਕ ਗਿਆ ਸੀਗਾ, ਅਤੇ ਹੁਣ ਤੱਕ ਇਹ ਸਟੇਬਲ ਤਾਂ ਹੈ ਸਾਡੇ ਨਾਲ ਕਿਉਂਕਿ ਸੁਭਾਅ 'ਚ ਬਹੁਤ ਨਰਮੀ ਹੈ, ਪਰਿਵਾਰ ਬਹੁਤ ਜ਼ਿਆਦਾ ਨਰਮ ਹੈ ਇਹਦਾ।
ਬਹੁਤ ਜ਼ਿਆਦਾ, ਮਤਲਬ ਕਿ ਸਾਨੂੰ ਹੁਣ ਜੇ ਅਸੀਂ ਨਾ ਆਈਏ ਉਰੇ ਸਾਨੂੰ ਸਾਡਾ ਔਖਾ ਲਿਖਾ ਲਿਖਾ ਲੱਗਿਆ। ਲੋਕੇਸ਼ਨ ਕਿੰਨਾ ਦੀ ਹੈ ਘਰ ਦਿਖਾ ਦਿਓ ਇੱਕ ਵਾਰ ਵੀਰੇ, ਜਿੱਥੇ ਹੁਣ ਸ਼ੂਟ ਚੱਲ ਰਿਹਾ ਸੀ, ਜਿੱਥੇ ਅਸੀਂ ਸ਼ੂਟ ਰਕਾ ਕੇ ਇੰਟਰਵਿਊ ਕੀਤੀ। ਇਹ ਬਾਈ ਘਰ ਕਿੰਨਾ ਦਾ? ਘਰ ਇਹ ਭੈਣ ਹੋਰਾਂ ਦੀ ਹੈ। ਅੱਛਾ, ਤੁਹਾਡਾ ਹੀ ਘਰ ਹੈ ਇਹ? ਕਬਜ਼ਾ ਕਰ ਲਿਆ ਇੰਦਰ ਹੋਰਾਂ ਨੇ? ਹਾਂਜੀ, ਹੁਣ ਇਹਨਾਂ ਨੇ ਪੂਰਾ ਕਬਜ਼ਾ ਕੀਤਾ ਹੈ। ਕਦੀ ਭੂਆ ਦਾ ਰੋਲ ਕਰਦੀ ਹਾਂ ਮੈਂ, ਕਦੀ ਗਵਾਂਢਣ ਦਾ ਕਰਦੀ ਹਾਂ, ਮਾਲਦਾਰ ਛੜ 'ਚ ਸਾਰੇ ਕਿਤੇ ਭੂਆ ਦਾ ਹੀ ਚੱਲਦਾ। ਹਾਂਜੀ ਇੰਦਰ ਬਾਈ, ਜੇ ਮੈਂ ਗੱਲ ਕਰਾਂ, ਕਾਰਨ ਕੀ ਰਹਿੰਦਾ ਕਿ ਟੀਮ ਹਾਲੇ ਤੱਕ ਇਕੱਠੀ ਹੈ? ਕਿਉਂਕਿ ਜਦੋਂ ਟੀਮ ਸਿਖਰਾਂ 'ਤੇ ਹੁੰਦੀ ਹੈ ਤਾਂ ਖੇਡਣੇ ਅਤੇ ਉਹਨੂੰ ਖੇਡਣ ਵਾਲੇ ਬਹੁਤ ਜ਼ਿਆਦਾ ਆ ਜਾਂਦੇ ਆ ਲੋਕ। ਕਦੇ ਹੋਇਆ ਇਸ ਸਬੱਬ ਕਿ ਟੀਮ ਨੂੰ ਕਦੇ ਖੇਡਣ ਦੀ ਕੋਸ਼ਿਸ਼ ਕੀਤੀ ਗਈ ਹੋਵੇ ਅਤੇ ਇਹਨਾਂ 'ਚ ਕੁਛ ਬੰਦੇ ਹੈਗੇ ਨੇ ਹਾਲੇ ਪਰ ਕਈ ਨਾ ਵੀ ਹੋਣ? ਬਾਈ ਦੇਖੋ, ਗੱਲ ਇਹ ਹੈ ਵੀ ਮੇਰੀ ਟੀਮ ਦੇ ਵਿੱਚ ਜਿੰਨੇ ਵੀ ਬੰਦੇ ਹੈਗੇ ਨੇ ਸਾਰੇ ਇਹ ਮੇਰੀ ਟੀਮ ਨਹੀਂ, ਆਪਣੀ ਸਮਝ ਕੇ ਚੱਲਦੇ ਨੇ। ਇਹ ਮੇਰਾ ਚੈਨਲ ਨਹੀਂ ਗਾ, ਇਹਨਾਂ ਸਾਰਿਆਂ ਦਾ ਆਪਦਾ, ਕਿਉਂਕਿ ਇਹਨੂੰ ਚੈਨਲ ਨੂੰ ਖੜ੍ਹਾ ਕਰਨ ਸਾਰਿਆਂ ਦਾ ਯੋਗਦਾਨ ਹੈ। ਜੇ ਕਿਸੇ ਦਰਖਤ ਤੋਂ ਕੋਈ ਪੱਤਾ ਟੁੱਟਦਾ ਤਾਂ ਦਰਖਤ ਨੂੰ ਵੀ ਫਰਕ ਪੈਂਦਾ ਅਤੇ ਉਸ ਪੱਤੇ ਨੂੰ ਵੀ ਪੈਂਦਾ, ਠੀਕ ਹੈ। ਜੇ ਮੈਂ ਉਹ ਸਵਾਲ ਕਰਾਂ ਕਿ ਉਹ ਬੰਦਾ ਦਿਖਾ ਦਿਓ ਪਿੱਛੇ ਕੈਮਰਾ ਮੈਨੂੰ, ਕਹੂੰਗਾ ਤੇ ਉਹ ਕਿੱਥੋਂ ਫੜਿਆ ਬੰਦਾ? ਭੋਲਾ ਦਾ ਸੁਪਰ ਸਟਾਰ ਇਹ ਬੰਦਾ ਉਹ ਹੈ ਜਿਹਨੇ ਫੇਸਬੁੱਕ ਤੇ ਯੂਟਿਊਬ ਤੇ ਤਰਥੱਲੀ ਮਚਾਤੀ ਸੀ। 5 ਦਿਨ ਫੇਸਬੁੱਕ ਤੇ ਯੂਟਿਊਬ ਨੂੰ ਹੋਸ਼ ਹੀ ਨਹੀਂ ਆਈ ਸੀ। ਹਾਂ, ਇਹਦਾ ਕੀ ਕਰਿਆ? ਅਸੀਂ ਬੈਠੇ ਉਰੇ ਤੇ ਭੈਣ ਕਹੀ, ਵਾਰ ਵਾਰ ਕਹੀਗੀ, ਕਹਿੰਦੀ ਵੀ ਇਹਦਾ ਕਰੈਕਟਰ ਪਾ ਦਿਓ, ਵੀ ਇਹਦਾ ਕਰੈਕਟਰ ਵੀ ਪਾ ਦਿਓ ਇਹਦਾ, ਵੀ ਇਹ ਬਾਈ ਇਹਦਾ ਕਸਟਾਇਲ ਹੈ ਬੋਲਣ ਦਾ। ਕਹਿੰਦਾ ਵੀ ਜੱਸੇ ਨਹੀਂ ਕਹਿੰਦਾ, ਜੱਸੇ ਮੇਰਾ ਹੈਗਾ ਓਏ, ਠੀਕ ਹੈ, ਇਹਦਾ ਕਸਟਾਇਲ ਹੈ ਬੋਲਣ ਦਾ। ਅਤੇ ਮੈਂ ਕਿਹਾ ਯਾਰ ਲੈ ਵੀ ਅੱਜ ਇਹਨੂੰ ਫੇਮਸ ਕਰਾਂਗੇ। ਅਤੇ ਬਸ ਉਹਨੂੰ ਕੁੜੀ ਦੇ ਪਵਾਇਆ ਚੂੜਾ, ਅਸੀਂ ਨੇ ਸਾਰਾ ਕੁਛ ਬਿਠਾਇਆ, ਇਹਨਾਂ ਦੀ ਕਰਕੇ ਛੋਟੀ ਜਿਹੀ ਵੀਡੀਓ ਕਲਿੱਪ ਪਾ ਤੀ ਮੈਂ, ਪਾਈ ਸੀਗਾ ਉਹ ਤੇਰੀ ਇੰਸਟਾਗ੍ਰਾਮ 'ਤੇ ਰੀਲ ਬਣਾ ਕੇ ਪਾ ਤੀ। ਅਤੇ ਬਾਬਿਓ ਰੀਲ ਇੰਨੀ ਕੁ ਫੇਮਸ ਹੋਈ ਕਿ 9 million ਤਾਂ ਬਾਈ ਜੀ ਮੇਰੇ ਪੇਜ 'ਤੇ ਹੈ। ਅਤੇ ਬਾਕੀ ਦੁਨੀਆ 'ਚ ਪਤਾ ਨਹੀਂ ਲੋਕਾਂ ਨੇ ਕੀ ਗੈਸ ਲਾਇਆ ਕਿ ਬਾਹਰ ਦਾ ਰਿਸ਼ਤਾ, ਫਲਾਣਾ ਰਿਸ਼ਤਾ। ਅਤੇ ਇਹ ਉਹ ਜਿਹੜੀ ਕੁੜੀ ਸੀਗੀ ਉਹ ਚੂੜਾ ਪਾਈ ਬੈਠੀ ਆ, ਉਹ ਕੁੜੀ ਸੀ। ਇਹ ਭੋਲਾ ਸੱਪ ਫੜਿਆ ਕਿੱਥੋਂ ਸੀ? ਇਹ ਤਾਂ ਸਾਨੂੰ ਵੀ ਨਹੀਂ ਪਤਾ ਕਿੱਥੋਂ ਨਿਕਲਿਆ। ਤੁਹਾਡੇ ਹਸਬੈਂਡ ਨੇ? ਹਾਂਜੀ, ਬਦਨਾਮ ਵਾਲੇ ਕਰਤੇ? ਹਾਂਜੀ, ਮੈਨੂੰ ਬਹੁਤ ਫੋਨ ਆਉਂਦੇ ਸੀਗੇ, ਹਾਏ ਤੇਰਾ ਕੀ ਬਣੂੰਗਾ, ਇਹਨੇ ਤਾਂ ਭੋਲਾ ਜੀ ਨੇ ਤਾਂ ਹੋਰ ਲੱਭ ਲਈ, ਭੋਲਾ ਫੌਜੀ ਨੇ ਹੋਰ ਲੱਭ ਲਈ। ਇਹ ਦਰਸ਼ਨ ਸਿੰਘ ਫੌਜੀ ਨੇ ਜੀ, ਵੈਸੇ ਇਹਨੂੰ ਭੋਲਾ ਜੀ ਕਹਿੰਦੇ ਆ ਫਿਲਮਾਂ 'ਚ। ਹਾਂਜੀ, ਚੰਨ ਸਾਰੇ ਇੰਦਰ ਦੇ ਚੜ੍ਹਾਏ? ਹਾਂਜੀ, ਇਹਨਾਂ ਨੇ ਚੜ੍ਹਾਏ ਨੇ ਚੰਨ ਤਾਂ ਸਾਰੇ, ਇਹ ਹੀ ਨਹੀਂ ਮਿਹਨਤ ਕਰਨ ਵਾਲੇ। ਕਰੈਕਟਰ ਲੱਗਦਾ ਕਿ ਆਪਣੇ ਆਮ ਪਿੰਡਾਂ 'ਚ ਹੁੰਦੇ ਆ ਇਹ, ਹੈ ਨਾ? ਜਦੋਂ ਫਿਲਮਾਂ 'ਚ ਆ ਜਾਂਦੇ ਤਾਂ ਬਹੁਤ ਲੋਕ ਪਿਆਰ ਕਰਦੇ ਇਹ, ਅਕਸਰ ਸਾਡੇ ਪਿੰਡਾਂ 'ਚ ਇਹੋ ਜਿਹੇ ਚਿਹਰੇ ਹੁੰਦੇ ਆ। ਬਿਲਕੁਲ ਬਾਈ, ਕਰੈਕਟਰ ਹੁੰਦੇ ਨੇ ਆਪਣੇ, ਸਾਰੇ ਕਰੈਕਟਰ ਪਿੰਡਾਂ 'ਚ ਹੀ ਹੁੰਦੇ ਨੇ, ਆਪਣੇ 'ਚ ਹੀ ਹੁੰਦੇ ਨੇ ਕਰੈਕਟਰ। ਜਿਵੇਂ ਹੁਣ ਬੁੜਿਆਂ ਵਾਂਗੂ ਤੁਰਨਾ ਅਤੇ ਉਵੇਂ ਗੱਲਾਂ ਕਰਨੀਆਂ, ਉਹ ਸਾਰੀਆਂ ਜੇ ਅਸੀਂ ਦੇਖਦੇ ਹਾਂ ਤਾਂ ਅਸੀਂ ਸਾਡੇ 'ਚ ਆਉਂਦੇ ਨੇ ਕਰੈਕਟਰ। ਭੋਲਾ ਪਹਿਲੀ ਵਾਰ ਐਕਟਿੰਗ ਨੂੰ ਮੰਨ ਗਿਆ ਸੀ ਬਾਈ? ਪਹਿਲਾਂ ਹੌਲੀ ਹੌਲੀ ਜੇ ਕਰਦਾ ਸੀ, ਹੁਣ ਪੜਾਕੇ ਪਾਉਂਦਾ, ਹੁਣ ਤਾਂ ਚੱਕ ਦਿੰਦਾ ਫੱਟੇ ਇਹ। ਹੋਰ ਹੁਣ ਫਿਲਮਾਂ 'ਚ ਸ਼ੁਰੂ ਤੋਂ ਕਰਦੀ ਸੀ, ਮੇਰੇ ਬ੍ਰਦਰ ਨੇ ਜਗਮੇਲ ਸਿੰਘ ਡਾਕਟਰ, ਉਹਨਾਂ ਨਾਲ ਕੰਮ ਕੀਤਾ ਸੀ, ਅਮਰਪ੍ਰੀਤ ਮੂਵੀ ਕੀਤੀ ਸੀ, ਅਤੇ ਜਾਨੇ ਦੁਸ਼ਮਣ ਕੀਤੀ ਸੀ, ਉਹਨਾਂ 'ਚ ਵੀ ਮਦਰ ਦਾ ਰੋਲ ਕੀਤਾ ਸੀ ਰਵੀ ਸਮਾਣਾ ਨਾਲ। ਅਤੇ ਪਹਿਲਾਂ ਤੋਂ ਕਰਦੀ ਸੀ, ਮੈਂ ਇਹਨਾਂ ਨੂੰ ਕਿਹਾ ਸੀ ਮੈਨੂੰ ਬਹੁਤ ਸ਼ੌਂਕ ਹੈਗਾ ਫਿਲਮਾਂ ਦਾ, ਤੁਸੀਂ ਪਲੀਜ਼ ਮੇਰੇ ਨਾਲ ਲੱਗ ਜਾਓ, ਮੇਰੀ ਹੈਲਪ ਕਰ ਦਿਓ ਮਾੜੀ ਮੋਟੀ। ਇਹ ਕਹਿੰਦੇ ਨਹੀਂ, ਮੈਂ ਤਾਂ ਨਹੀਂ ਕਰ ਸਕਦਾ, ਮੈਂ ਤਾਂ ਰੋਲ ਬਿਲਕੁਲ ਨਹੀਂ ਕਰਨਾ, ਮੈਂ ਨਹੀਂ ਬੋਲਣਾ, ਪਰ ਇਹ ਰਾਜੀ ਨਹੀਂ ਸੀ ਪਹਿਲਾਂ। ਫਿਰ ਪਾਪਾ ਜੀ ਕਹਿੰਦੇ ਤੁਸੀਂ ਇੰਨਾ ਖੁਸ਼ ਹੋ ਗੁਰਪ੍ਰੀਤ, ਤੂੰ ਇੰਨਾ ਖੁਸ਼ ਹੈ ਬੇਟੇ, ਕੋਈ ਗੱਲ ਨਹੀਂ, ਤੇਰੇ ਖੁਸ਼ੀ 'ਚ ਅਸੀਂ ਸ਼ਾਮਿਲ ਹਾਂਗੇ, ਜੇ ਤੂੰ ਰੋਲ ਕਰਨਾ ਚਾਹੁੰਦੀ ਹੈ ਘਰ ਕਰ ਲਿਆ ਕਰ, ਆਪਾਂ ਬਾਹਰ ਨਹੀਂ ਕਿਤੇ ਜਾਣਾ ਹੈਗਾ। ਹੁਣ ਵੀਰ ਜੀ ਘਰ ਆ ਜਾਂਦੇ ਨੇ, ਬਸ ਕੋਈ ਵੀ, ਬਸ ਘਰ ਮੈਂ ਰੋਲ ਕਰ ਲੈਂਦੀ ਹਾਂ। ਹਾਂਜੀ, ਕਿਵੇਂ ਦਾ ਅਕਸਰ ਜਦੋਂ ਸਾਡੇ ਪਿੰਡਾਂ ਵਾਲੀਆਂ ਖਾਸ ਕਰਕੇ ਸਾਡੀਆਂ ਭੈਣਾਂ ਜਾਂ ਧੀਆਂ ਰੋਲ ਕਰਨ ਲੱਗਦੀਆਂ ਨੇ ਤਾਂ ਪਿੰਡ ਵਾਲਿਆਂ ਵੱਲੋਂ ਬਹੁਤ ਟਿੱਚਰਾਂ ਕਰੀਆਂ ਜਾਂਦੀਆਂ ਨੇ, ਹੈ ਨਾ? ਕਦੇ ਕੋਈ ਐਸੀ ਟਿੱਚਰ ਹੋਈ ਹੋਵੇ ਕਿ ਦੋਨੇ ਪਤੀ ਪਤਨੀ ਇਹੋ ਜਿਹਾ ਕੁਛ ਕਰਨ ਲੱਗੇ? ਕਦੇ ਆਈਆਂ ਨੇ ਇਹੋ ਜਿਹੀਆਂ ਨੌਬਤਾਂ? ਹਾਂਜੀ ਹਾਂਜੀ, ਬਹੁਤ ਕਹਿੰਦੇ ਹੈਗੇ, ਬਹੁਤ ਕੁਛ ਕਹਿੰਦੇ ਨੇ, ਹਾਏ ਤੁਸੀਂ ਇਹ ਕੀ ਕੰਮ ਫੜ ਲਿਆ, ਆਹ ਫਿਲਮਾਂ 'ਚ ਕੀ ਪਿਆ ਹੈਗਾ, ਇਹਦੇ 'ਚ ਕੁਛ ਨਹੀਂ ਪਿਆ, ਮੈਂ ਵਧੀਆ ਇੰਜੋਏ ਹੁੰਦਾ, ਹੱਸ ਖੇਡ ਕੇ ਮੈਂ ਜੀਣਾ, ਮੈਂ ਇੱਥੇ ਕੀ ਲੈ ਕੇ ਜਾਣਾ ਹੈਗਾ।
ਵਾਲੇ ਨੇ ਖਾਸ ਕਰਕੇ ਤੁਹਾਨੂੰ ਜਾਂ ਇੰਦਰ ਨੂੰ ਕੁਛ ਆਖਿਆ ਸੀਗਾ ਕਿ ਤੂੰ ਹੁਣ ਸਾਰਾ ਪਿੰਡ ਹੀ ਕੰਜਰ ਬਣਾਤਾ? ਇੰਦਰ ਇਹੋ ਜਿਹੀ ਗੱਲ ਹੋਈ ਸੀ ਬਾਈ? ਨਹੀਂ ਬਾਈ, ਕਿਤੇ ਨਾ ਕਿਤੇ ਤਾਂ ਕੋਈ ਕਿਹੜਾ ਕਹਿੰਦਾ ਕਹੀ ਜਾਵੇ ਯਾਰ, ਫਿਰ ਐਂ ਪ੍ਰਭਾਵ ਹੀ ਨਹੀਂ ਐਂ ਲੋਕਾਂ ਦੇ ਬਾਈ, ਕਿਹਦੀ ਕਿਹਦੀ ਜ਼ਬਾਨ ਫੜ ਲਾਂਗੇ? ਲੋਕ ਤਾਂ ਬਾਈ ਜੇ ਤਰੱਕੀ ਕਰਦੇ ਆ, ਕੰਮ ਕਰਦੇ ਆ, ਤਾਂ ਵੀ ਕਹਿੰਦੇ ਨੇ ਵੀ ਇਹ ਸਾਲਾ ਕੰਮ ਕਰਨ ਲੱਗ ਗਿਆ, ਜੇ ਨਹੀਂ ਕਰਦੇ ਅਗਲਾ ਸਾਲਾ ਹੀ ਕੰਮ ਹੀ ਨਹੀਂ ਕਰਦਾ। ਮਤਲਬ ਕਿ ਆਰੀ ਨੂੰ ਇੱਕ ਪਾਸੇ ਦਿੰਦਾ ਅਤੇ ਜਹਾਨ ਨੂੰ ਦੋ ਪਾਸੇ ਨੇ, ਠੀਕ ਹੈ? ਕੰਮ ਕਰੋਗੇ ਤਾਂ ਵੀ ਗਾਲਾਂ ਕੱਢਣਗੇ, ਜੇ ਪੈਸੇ ਕਮਾਓਗੇ। ਅਗਲਾ ਕਹਿੰਦਾ ਸਾਲਾ ਰੁਪਈਏ ਕਿੱਥੋਂ ਕਮਾਈ ਜਾਂਦਾ, ਕਰੀ ਕੀ ਜਾਂਦਾ ਇਹ ਦਿਨ ਰਾਤ? ਅਤੇ ਜੇ ਘਰ ਪਏ ਰਹਾਂਗਾ ਕਹਿੰਦਾ ਮੇਰਾ ਸਾਲਾ ਕੰਮ ਕਰ ਲਿਆ ਕਰੋ, ਸਾਰਾ ਦਿਨ ਮੰਜੇ ਤੁੜੀ ਜਾਂਦਾ। ਬਸ ਇੰਨੀ ਗੱਲ ਦੀ, ਬਾਕੀ ਇਹਨੂੰ ਪੁੱਛੋ ਮੁੱਛਾਂ ਨਹੀਂ ਤਾਂ ਰਾਜ ਕੀ ਹੈ? ਦੱਸਿਓ ਵੀਰੇ, ਹਰਮਨ ਬਾਈ ਦੱਸਿਓ ਮੁੱਛਾਂ ਦਾ ਰਾਜ। ਤੁਹਾਨੂੰ ਇੱਕ ਚੌੜ ਹੈ ਬਾਈ, ਚੌੜ ਨਹੀਂ ਹੈਗੀ ਹੈ, ਸਭ ਤੋਂ ਚੌੜ ਜਿਹੜਾ ਸੈੱਟ ਦੇ ਉੱਤੇ ਕਰਦਾ ਸਭ ਤੋਂ ਕਿਹੜਾ ਬੰਦਾ ਸ਼ਰਾਰਤੀ ਹੈ ਕਿਹੜਾ? ਉਹ ਜੱਸਾ, ਜੱਸਾ ਸਭ ਤੋਂ ਗੁੱਸੇ ਵਾਲਾ ਬੰਦਾ ਫਿਰ ਕਿਹੜਾ ਤੁਹਾਡੇ ਸਾਰਿਆਂ 'ਚ? ਆ ਬੈਠਾ ਤੇਰੇ ਲਵੀ ਆਹੀ ਆ, ਕਿਉਂ ਇੰਨਾ ਪਾਰਾ ਕਿਉਂ ਚੜ੍ਹਾ ਕੇ ਰੱਖਦੇ ਹੋ ਬਾਈ? ਯਾਰ ਮੈਨੂੰ ਛੱਡ ਦਿੰਦਾ ਕਈ ਵਾਰੀ, ਹੋ ਜਾਂਦਾ। ਹਾਂ ਮੈਨੂੰ ਵੀ ਐਂ ਹੁੰਦਾ ਨਾ ਵੀ ਜੇ ਇਹਨੂੰ ਮੈਂ ਘੂਰੂੰਗਾ ਨਹੀਂ ਝਿੜਕੂੰਗਾ ਨਹੀਂ ਤਾਂ ਕਿਤੇ ਨਾ ਕਿਤੇ ਫਿਰ ਕੰਮ ਨਹੀਂ ਕਰਨਗੇ, ਮੈਨੂੰ ਐਂ ਦਾ ਘੂਰ ਝਿੜਕ ਫਿਰ ਮੰਨ ਵੀ ਲੈਂਦੇ ਨੇ। ਜਿੰਨਾ ਗੁੱਸਾ ਉਦੋਂ ਬਾਅਦ ਪਿਆਰ ਵੀ ਆ। ਹਾਂ ਉਦੋਂ ਬਾਅਦ ਪਿਆਰ ਵੀ ਕਰੀ ਜਾਂਦੇ, ਠੀਕ ਹੋ ਜਾਂਦੀ ਆ। ਹਾਂਜੀ, ਸਭ ਤੋਂ ਜ਼ਿਆਦਾ ਰੋਂਦਾ ਕੌਣ ਹੈ? ਮੇਰੇ ਖਿਆਲ ਨਾਲ ਇਹੀ ਰੋਂਦੇ ਹੋਣੇ, ਸਭ ਤੋਂ ਜ਼ਿਆਦਾ ਮੇਰੀ ਝਿੜਕਾਂ ਪੈਂਦੀਆਂ ਨੇ ਸੈੱਟ ਤੇ। ਉਹ ਪੁੱਛੋ ਰੀਜ਼ਨ ਕੀ ਕਾਰਨ ਹੈ? ਸਭ ਤੋਂ ਜ਼ਿਆਦਾ ਟੇਕ ਹੀ ਲੈਂਦੀ ਆ। ਅੱਛਾ, ਕਿਆ ਨਾ, ਇਹ ਗੱਲ ਗਲਤ ਕਹਿ ਰਹੇ ਹੋ, ਮੇਰੇ ਬਹੁਤ ਰੀਟੇਕ ਘੱਟ ਹੁੰਦੇ ਨੇ। ਮਾਫੀ ਮੰਗੋ ਜੀ, ਮਾਫੀ ਮੰਗੋ ਜੀ, ਕਿਤੇ ਕਿੰਨੇ ਟੇਕ ਸੀਗੇ? ਮੈਂ ਗਿਣਤੀ ਭੁੱਲ ਜਾਂਦਾ ਯਾਰ ਇਹਦੇ ਟੇਕ ਕਿੰਨੇ ਟੇਕ ਸੀ, ਮਾਫੀ ਮੰਗੋ ਜੀ। ਇਹ ਟਾਈਮ ਹੀ ਯਾਦ ਰਹਿੰਦਾ, ਇੱਕ ਟੇਕ ਨੂੰ ਘੱਟੋ ਘੱਟ ਘੰਟੇ 2 ਘੰਟੇ ਤਾਂ ਲਾ ਦਿੰਦੀ ਹੈ। ਘੰਟੇ 2 ਘੰਟੇ? ਹਾਂ, ਅੱਜ ਲਾਤੇ ਯਾਰ। ਇਹਨਾਂ ਤਜਰਬਾ ਕਿੱਥੋਂ ਆਇਆ ਐਕਟਿੰਗ ਦਾ ਇਹਨੇ ਟੇਕ ਵਾਲਾ? ਇਹ ਪਤਾ ਨਹੀਂ ਜੀ ਕਿੱਥੋਂ ਆਇਆ, ਬਟ ਬਹੁਤ ਵਧੀਆ ਟੀਮ ਹੈ ਸਾਡੀ, ਕੋਈ ਗੱਲ ਨਹੀਂ, ਰੀਟੇਕ ਹੋ ਵੀ ਜਾਂਦੇ ਨੇ, ਸਮਝਾਉਂਦੇ ਨੇ ਬਹੁਤ ਅੱਛੀ ਤਰ੍ਹਾਂ। ਫਿਰ ਰੋਨੇ, ਕਿਉਂਕਿ ਕੁੜੀ ਜੇ ਅੱਜ ਕੁੜੀ ਸ਼ੇਰ ਨਹੀਂ ਹੈ ਨਾ ਤਾਂ ਸ਼ੇਰ ਨਹੀਂ ਬਣ ਕੇ ਰਹਿਣਾ ਚਾਹੀਦਾ। ਇੰਦਰ ਵੀਰੇ, ਕਦੇ ਤੁਹਾਡੇ ਗਾਲਾਂ ਪਈਆਂ, ਤੁਹਾਡੇ ਗਾਲਾਂ ਪਈਆਂ ਨੇ ਕਦੇ ਕਿਤੋਂ? ਇਹਨੇ ਫਿਰ ਬਣਾ ਤੀ ਲਾਹ ਪਾਵੀ, ਤੇਰੀ ਭੈਣ ਨੂੰ ਪੁੱਛ, ਤੇਰੀ ਮਾਂ ਨੂੰ ਪੁੱਛ ਵੀ ਤੂੰ ਵੀ ਤੈਨੂੰ ਮਹੀਂ ਮਿਲੀ ਇਕੱਲੀ? ਇਹ ਕਿੱਤਾ ਕੰਮ ਕਰਨਾ ਮੇਰੀ ਰੋਜੀ ਰੋਟੀ ਆ, ਮੇਰੇ ਪੇਟ ਦਾ ਸਵਾਲ ਆ, ਮੇਰੀ ਜ਼ਿੰਦਗੀ ਦਾ ਸਵਾਲ ਹੈ, ਮੈਂ ਤਾਂ ਕਿੱਤਾ ਕਰਦੀ ਆ। ਐ ਲੱਲੀ ਛੱਲੀ ਰਸਤੇ ਘੇਰ ਕੇ ਹਰੇ ਖੜਦੇ ਕਰੋ ਵੀ ਤੂੰ ਫਲਾਣੀ ਦੀ ਮਸ਼ੂਕ ਹੈ, ਧਮਕੀ ਦੀ ਮਸ਼ੂਕ ਹੈ, ਠੀਕ ਹੈ? ਧੀਆਂ ਮਸ਼ੂਕਾਂ ਨਹੀਂ ਹੁੰਦੀਆਂ, ਠੀਕ ਹੈ? ਇਹ ਸਾਡੀਆਂ ਭੈਣਾਂ ਵੀ ਨੇ, ਸਾਡੀਆਂ ਧੀਆਂ ਵੀ ਨੇ, ਸਭ ਕੁਛ ਹੈ। ਇਹ ਜਿਹੜੀਆਂ ਮਸ਼ੂਕਾਂ ਦਾ ਨਾਮ ਦਿੰਦੇ ਨੇ, ਇਹ ਦਿੰਦੇ ਨੇ, ਮੈਂ ਕਹਿੰਦਾ ਦੁਰ ਫਿੱਟੇ ਉਹਨਾਂ ਨੂੰ, ਠੀਕ ਹੈ? ਸਭ ਤੋਂ ਪਹਿਲਾਂ ਉਹਦੇ ਘਰੇ ਅੰਦਰ ਝਾਤੀ ਮਾਰਨ ਹੁੰਦੀ, ਘਰੇ ਵੀ ਕੁੜੀਆਂ ਬੈਠੀਆਂ ਨੇ, ਭੈਣਾਂ ਬੈਠੀਆਂ ਨੇ, ਇਹੋ ਜਿਹਾ ਦਰਜਾ ਮਸ਼ੂਕਾਂ ਦੇਣ ਨੂੰ ਮੈਂ ਤਾਂ ਫਿੱਟੇ ਵੀ ਮੰਨਦਾ ਇਹ ਬੰਦੇ 'ਤੇ। ਅਤੇ ਮੈਂ ਇਹਨੂੰ ਪ੍ਰਾਊਡ ਫੀਲ ਹੁੰਦਾ ਨਾ ਇਹੋ ਜਿਹੀਆਂ ਕੁੜੀਆਂ 'ਤੇ ਵੀ ਜਿਹੜੇ ਬੰਦੇ ਨੂੰ ਮੂਹਰੇ ਲਾ ਲੈਂਦੀਆਂ ਨੇ, ਹੋਣਾ ਵੀ ਚਾਹੀਦਾ ਯਾਰ, ਠੀਕ ਹੈ? ਇਹੋ ਜਿਹੀਆਂ ਕੁੜੀਆਂ ਦੇ ਨਾਲ ਤਾਂ ਮੈਂ ਤਾਂ ਤਾੜੀ ਕਹੂੰ ਵੀ ਤਾੜੀ ਲਓ ਬਾਈ ਯਾਰ, ਜੀ ਸਦਕੇ ਯਾਰ, ਜਿਵੇਂ ਕੁੜੀ ਜੀ ਯਾਰ। ਬਾਈ ਤੁਹਾਡੇ ਨਾਲ ਗੱਲਬਾਤ ਕਰ ਲਈਏ, ਕੋਈ ਗੱਲ ਸੁਣਾ ਦਿਓ। ਸੁਣਾ ਪਿੰਡੀ ਵਾਲਾ ਓਏ, ਮੈਂ ਬਸ ਸੁਣਾ ਦੇ, ਸੁਣਾ ਤੀ ਕੋਈ ਵੀ ਗੱਲ, ਗਾਣਾ ਸੁਣਾ ਦੇ। ਚਲੋ ਗਾਣਾ ਕਿਹੜਾ ਸੁਣਾਵਾਂ? ਗਾਣਾ ਬਈ ਯਾਰ ਇੱਕ ਸੁਣਾ ਦਿੰਦਾ, ਕਹਿੰਦਾ
ਹਿੰਦੀ ਤੋਂ ਪੰਜਾਬੀਆਂ ਸੁਣਾ ਦਿੰਦਾ। ਏਸੇ ਦਾ ਲਿਖਿਆ ਹੋਇਆ। ਹਾਂ, ਕਹਿੰਦਾ ਇੱਕ ਕੁੜੀ ਹੁੰਦੀ ਆ ਸ਼ਹਿਰ ਦੀ, ਹੈ ਨਾ, ਮੁੰਡਾ ਪੰਜਾਬੀ ਹੁੰਦਾ, ਅਤੇ ਵੀ ਹੈ ਨਾ ਜਦ ਉਹਨਾਂ ਦੀ ਗੱਲਬਾਤ ਆਪਸ ਮੇਂ ਲੜਾਈ ਪੈ ਜਾਏ ਤਾਂ ਕੀ ਚੱਕਰ ਹੋਊ। ਕਹਿੰਦਾ ਇੱਕ ਸੈਰਨੀ ਜੀ ਤੇ ਕੁਝ ਦਿਨਾਂ ਦਾ ਲਾਉਂਦਾ ਸੀ ਮਟਰਾਈਆਂ, ਮੈਂ ਕਿਹਾ ਇਹਨੂੰ ਵੇਖਦਿਆਂ ਪੱਟ ਕੇ ਪਿੰਡ ਵਾਲੀਆਂ ਦਾ ਬਹੁਤ ਪਸਾਈਆਂ, ਉਹ ਪਾਉਂਦੀ ਸੀ ਜੀਨਾ ਸ਼ੀਨਾ, ਨਖਰੇ ਵਾਲੇ ਨੂੰ ਪਿੱਛੇ ਰੋਲਦੀ ਸੀ, ਵੀਰੇ ਪੈ ਗਿਆ ਸੀ ਪੁੱਠਾ ਪੰਗਾ, ਮੈਂ ਪੰਜਾਬੀ ਉਹ ਹਿੰਦੀ ਬੋਲਦੀ ਸੀ। ਕਹਿੰਦੀ ਕਿਆ ਹਮਾਰੇ ਵੱਲ ਆ ਕੇ ਫਾੜ ਫਾੜ ਤੂੰ ਵੇਖਦੇ ਰਹਿਤੇ ਹੋ, ਮੈਂ ਸੁਣਿਆ ਨਹੀਂ ਜੀ, ਦੁਬਾਰਾ ਦੱਸਿਓ ਕਿਆ ਤੁਮ ਕਹਿਤੇ ਹੋ। ਕਹਿੰਦੀ ਛੋੜ ਦਿਓ ਟੇਢਾ ਟੇਢਾ, ਧੱਕਣਾ ਨਹੀਂ ਕੇਸ ਪਵਾ ਦੂੰਗੀ, ਲਾਸਟ ਵਾਰਨਿੰਗ ਦੇਤੀ ਹੁੰਦੀ ਪਾਪਾ ਕੋ ਬਤਾ ਦੂੰਗੀ, ਮਹਾਂ 20 ਵਾਰੀ ਜਾ ਕੇ ਦੱਸ ਦੇ ਭਾਵੇਂ ਡੈਡ ਤੂੰ ਤੇਰੇ ਨੂੰ, ਨਹੀਂ ਤਾਂ ਦੇਖਿਆ ਨਹੀਂ ਫਿਰ ਲਲਕਾਰੇ ਮਾਰਦਾ ਬਾਪੂ ਮੇਰੇ ਨੂੰ। ਉਹ ਥਾਂ 'ਤੇ ਚੁੱਪ ਕਰ ਗਈ ਜਿਹੜੀ ਪਹਿਲਾਂ ਭੋਰਾ ਨਾਲ ਗਾਉਂਦੀ ਸੀ, ਵੀਰੇ ਪੈ ਗਿਆ ਸੀ ਪੁੱਠਾ ਪੰਗਾ, ਮੈਂ ਪੰਜਾਬੀ ਉਹ ਹਿੰਦੀ ਬੋਲਦੀ ਸੀ। ਕਹਿੰਦੀ ਪਿੰਡੀ ਵਾਲੇ ਸੁਖਵਿੰਦਰ ਤੂੰ ਕਿਤਨੇ ਦੇਸੀ ਹੋ, ਜੇ ਕੁੜਤੇ ਪਜਾਮੀ ਉੱਪਰ ਕੀ ਗੋ ਲੈ ਤੇ ਕਾਲੀ ਖੇਸੀ ਹੋ, ਮਹਾਂ ਜਰ ਭੁੱਲ ਗਿਆ ਮੈਂ। ਬਾਕੀ ਗਾਣਾ ਇੱਕ ਪਾਸੇ ਆ, ਜਿਹੜਾ ਪਿੱਛੇ ਜਿਹਾ ਆਖਿਆ ਇਹ ਬਹੁਤ ਸੋਹਣਾ ਆਖਿਆ ਨਾ। ਅਤੇ ਤੁਹਾਡੇ ਨਾਲ ਗੱਲਬਾਤ ਕਰ ਲੈਂਦੇ ਹਾਂ, ਅਤੇ ਇਹ ਸਾਰੇ ਡਰਦੇ ਡੁਰਦੇ ਹੈਗੇ ਆ ਜਾਂ ਨਰਮੀ ਜੀ ਰਹਿੰਦੇ? ਤੁਹਾਨੂੰ ਮੈਂ ਤੁਹਾਨੂੰ ਦੱਸਦੀ ਹਾਂ ਕੀ ਆ, ਹੁਣ ਇਹ ਇੱਥੇ ਮੈਨੂੰ ਪੂਰੀ ਇੱਜ਼ਤ ਮਿਲਦੀ ਹੈ ਕਿ ਜਿਵੇਂ ਮੈਂ ਇਹਨਾਂ ਦੀ ਸਿਸਟਰ ਹਾਂ, ਠੀਕ ਆ, ਅਤੇ ਜਿੱਥੇ ਮੈਨੂੰ ਇੱਜ਼ਤ ਮਿਲਦੀ ਆ ਉੱਥੇ ਮੈਂ ਵੀ ਇੱਜ਼ਤ ਕਰਦੀ ਹਾਂ, ਉਹਨਾਂ ਦੀ ਪੂਰੀ ਇੱਜ਼ਤ ਕਰਦੀ ਹਾਂ। ਜਿੱਥੇ ਮੈਨੂੰ ਇੱਜ਼ਤ ਨਹੀਂ ਮਿਲਦੀ ਫਿਰ ਮੈਂ ਵੀ ਨਹੀਂ ਉੱਥੇ ਇੱਜ਼ਤ ਕਰਦੀ ਕਿਸੇ ਦੀ, ਗੱਲ ਇੱਥੇ ਆ ਬਸ, ਹੋਰ ਕੁਛ ਨਹੀਂ। ਤੇ ਇੰਨੀ ਦ੍ਰਿੜਤਾ ਕਿੱਥੋਂ ਆਈ ਇਹ? ਇਹ ਟਾਈਮ ਆ, ਟਾਈਮ ਸਭ ਕੁਛ ਸਿਖਾ ਦਿੰਦਾ ਬੰਦੇ ਨੂੰ। ਹਾਂਜੀ। ਅਤੇ ਇੰਦਰ ਬਾਈ ਜੇ ਗੱਲ ਕਰੀਏ ਤਾਂ ਪਹਿਲਾਂ ਤਾਂ ਮੈਨੂੰ ਉਹ ਮੇਰੇ ਵਾਰ ਵਾਰ ਚਿਹਰਾ ਅੱਖਾਂ ਸਾਹਮਣੇ ਆ ਰਿਹਾ, ਅਤੇ ਉੱਧਰ ਨੂੰ ਮਾਰੇ ਵੀਰੇ ਕੈਮਰਾ ਇੱਕ ਵਾਰ, ਅਤੇ ਇੱਥੇ ਆ, ਆ ਜਾਓ ਆ ਜਾਓ, ਉੱਠੇ ਆਓ, ਉੱਠੇ ਆ ਜਾਓ, ਰੱਖਦੇ ਆ ਪੂਰਾ ਟਿਸ਼ਨ ਵਿਚਨ ਹੋ ਕੇ ਰਹਿੰਦੇ? ਮੈਂ ਭੋਲੇ ਨਾਲ ਗੋਗਲ ਸਲਾ ਰੱਖੀ ਅੱਜ, ਇਹਦਾ ਤੜਕੀ ਜਿਹਦੇ ਸ਼ੂਟ ਕਰਨਾ ਹੁੰਦਾ ਇਹ ਤੜਕੀ ਐਨ ਤਿਆਰ ਬਿਆਰ ਹੁੰਦਾ ਹੁੰਦਾ ਵੀ ਐਂ ਕਰਕੇ ਵੀ ਅੱਜ ਸ਼ੂਟ ਕਰਨਗੇ ਵੀ ਮੇਰੇ ਨਾਲ ਰੀਲ ਰੂਲ ਬਣਾਉਣਗੀਆਂ ਯਾਰ, ਇਹ ਬੰਦੇ ਦੀ ਵੀ ਰਮਾਨ ਨੇ ਵਧੀਆ ਬੰਦਾ। ਭੋਲੇ ਬਾਈ ਚਾਹ ਚੂ ਚੜ੍ਹਦਾ ਹੁੰਦਾ ਜਦੋਂ ਕੁੜੀਆਂ ਰੀਲਾਂ ਬਣਾਉਂਦੀਆਂ ਨੇ? ਹਾਂ, ਬੜਾ ਚਾਹ ਚੜ੍ਹਦਾ। ਚਾਹ ਚੜ੍ਹਦਾ ਹੁੰਦਾ? ਬਹੁਤ ਚਾਹ ਚੜ੍ਹਦਾ। ਕੀ ਮਹਿਸੂਸ ਕੀ ਹੁੰਦਾ ਹੁੰਦਾ ਹਵਾ ਚ ਉੜਦੇ ਹੁੰਦੇ? ਹਾਂ, ਹਵਾ ਚ ਉੜਦੇ ਆ। ਬਾਈ ਜਦੋਂ ਨਿਗਾ ਚੈੱਕ ਕਰਾਉਣ ਗਏ ਸੀ ਕੀ ਗੱਲ ਹੋਈ? ਤਾਂ ਬਸ ਨਿਗਾ ਘੱਟ ਗਈ ਸੀ। ਭੋਲਾ ਸੀ ਤੇ ਬੰਦਾ ਤਾਂ ਦੇਖਿਆ ਲੱਗਦਾ, ਦੋ ਉੱਥੇ ਰਾਜਸਥਾਨ 'ਚੋਂ ਆਈਆਂ ਸੀ ਮਹਿਤਾ ਡਾਕਟਰ ਦੇ ਟਹਾਣਾ ਹੋਸਪਿਟਲ 'ਚ, ਅਸੀਂ ਉੱਥੇ ਇਹਨਾਂ ਦਾ ਆਪਰੇਸ਼ਨ ਕੀਤਾ, ਹੋਰ ਡਾਕਟਰਾਂ ਨੇ ਤਾਂ ਜਵਾਬ ਦਿੱਤਾ ਸੀਗਾ ਬਹੁਤ ਵਧੀਆ ਆਪਰੇਸ਼ਨ ਕੀਤਾ। ਉਹ ਕੀ ਕਹਿੰਦੀਆਂ ਸੀ? ਉਹ ਕਹਿੰਦੀਆਂ ਆਹ ਭਾਈ ਨੂੰ ਮੈਂ ਵੇਖਿਆ, ਇਹ ਭਾਈ ਦਾ ਤੁਹਾਡੇ ਨਾਲ ਵਿਆਹ ਹੋਇਆ ਦੇਖਿਆ ਸੀ, ਫੇਸਬੁੱਕ 'ਤੇ ਵੀ ਦੇਖਿਆ ਸੀ, ਇੰਸਟਾਗ੍ਰਾਮ 'ਤੇ ਵੀ ਵੇਖਿਆ। ਮੈਂ ਕਿਹਾ ਤੁਸੀਂ ਕਿੱਥੇ ਵੇਖ ਲਿਆ? ਕਹਿੰਦੇ ਅਸੀਂ ਰੋਜ਼ ਹੀ ਵੇਖਦੇ ਹਾਂ, ਅਸੀਂ ਵੇਖਿਆ ਇਹਨੂੰ, ਅਸੀਂ ਪੁੱਛਣਾ ਚਾਹੁੰਦੇ ਹਾਂ ਕਿੱਥੋਂ ਆਏ ਆ। ਜੈਲਸੀ ਨਹੀਂ ਹੋਈ ਥੋੜ੍ਹੀ ਜੀ? ਹਾਂਜੀ, ਜੈਲਸੀ ਤਾਂ ਨਹੀਂ ਹੁੰਦੀ ਜੀ ਮੈਨੂੰ, ਮੈਨੂੰ ਤਾਂ ਨਹੀਂ ਹੁੰਦੀ ਹੈਗੀ ਜੈਲਸੀ, ਮੈਨੂੰ ਖੁਸ਼ੀ ਹੁੰਦੀ ਹੈ ਕਿ ਮੇਰੇ ਹਸਬੈਂਡ ਵਧੀਆ ਫਿਲਮਾਂ ਜਾਂਦੇ ਨੇ, ਮੇਰਾ ਸਾਥ ਦਿੰਦੇ ਆ। ਹਾਂਜੀ, ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜੀ, ਕਿਉਂਕਿ ਮੇਰੇ ਬ੍ਰਦਰ ਨੇ ਮੈਨੂੰ ਸਪੋਰਟ ਦਿੱਤੀ ਸੀਗੀ ਵੀ ਤੂੰ ਚਾਹੁੰਦੀ ਆ ਫਿਲਮਾਂ ਫਿਲਮਾਂ ਕਰਨਾ, ਕੋਈ ਨਾ ਕਰ ਲੈ। ਡਾਕਟਰ ਜਗਮੇਲ ਸਿੰਘ ਭੱਠੂਆਂ
ਉਹਨਾਂ ਕਰਕੇ ਫਿਰ ਮੈਂ ਇਸ 'ਚ ਲੱਗੀ ਇਸ ਲਾਈਨ 'ਚ। ਮੇਰੀ ਮੰਮੀ ਵੀ ਇਸ ਲਾਈਨ 'ਚ ਨੇ, ਉਹ ਵੀ ਕਰਦੇ ਆ, ਉਹਨਾਂ ਨੂੰ ਸਨਮਾਨਿਤ ਵੀ ਕੀਤਾ। ਰੂਪਨਦੇਲ ਬਜਾਜ ਨੇ ਜਿਹੜੇ 12 ਜ਼ਿਲ੍ਹਿਆਂ ਤੋਂ ਉੱਤਰਦੇ ਨੇ, ਉਹ ਖੇਡਾਂ ਵੀ ਬਣਾਉਂਦੇ ਸੀਗੇ। ਇਸ ਕਰਕੇ ਫਿਰ ਮੈਨੂੰ ਸਾਰਿਆਂ ਦੀ ਸਪੋਰਟ ਸੀਗੀ। ਫਿਰ ਇੱਥੇ ਨਹੀਂ ਸੀਗੀ, ਇੱਥੇ ਚੰਗਾ ਨਹੀਂ ਸਮਝਦੇ ਸੀਗੇ ਇਹ ਫਿਲਮ, ਅਤੇ ਫਿਰ ਮੈਂ ਇਹਨਾਂ ਨੂੰ ਸਾਰਾ ਸਮਝਾਇਆ, ਮੇਰੇ ਬ੍ਰਦਰ ਨੇ ਵੀ ਸਮਝਾਇਆ। ਫਿਰ ਹੁਣ ਪਾਪਾ ਜੀ ਵੀ ਇੰਨੇ ਖੁਸ਼ ਨੇ, ਅਤੇ ਜਦੋਂ ਇਹ ਆਉਣਗੇ ਵੀ ਅੱਜ ਭਾਈ ਫਿਲਮਾਂ ਵਾਲਿਆਂ ਨੇ ਆਉਣਾ ਭਾਈ ਜਲਦੀ ਕਰੋ ਕੁੜੀਆਂ ਆਉਣਗੀਆਂ, ਅਤੇ ਇਹ ਵੀ ਬੜੇ ਖੁਸ਼ ਨੇ। ਹੁਣ ਅਸੀਂ ਕਰਦੇ ਹਾਂ ਰੋਲ ਆਪਣਾ, ਇੰਜੋਏ ਕਰਦੇ ਹਾਂ। ਮੈਂ ਕਿਹਾ ਠੀਕ ਆ, ਦਿਲ ਸਾਫ਼ ਹੋਣਾ ਚਾਹੀਦਾ, ਕਿਸੇ ਦਾ ਕੀ ਆ, ਮੱਚਦੇ ਨੂੰ ਮੱਚ ਲੈਣ ਦੇ, ਆਪਾਂ ਖੁਸ਼ ਹਾਂ ਇੱਥੇ ਆਪਦੇ ਘਰ 'ਚ ਰਹਿੰਦੇ ਹਾਂ, ਠੀਕ ਆ। ਬਬਲ, ਕੋਈ ਡਾਇਲੋਗ ਚੇਤੇ ਹੋਵੇ ਜਿਹੜਾ ਇੰਦਰ ਨਾਲ ਬਹੁਤ ਜ਼ਿਆਦਾ ਲੜਾਈ ਹੋਈ ਹੋਵੇ ਜਾਂ ਇੰਦਰ ਨੂੰ ਝਿੜਕਾਂ ਦਿੱਤੀਆਂ ਹੁਣ, ਉਹ ਐਸਾ ਕੋਈ ਡਾਇਲੋਗ ਯਾਦ ਹੈਗਾ? ਝਿੜਕਾਂ ਤਾਂ ਅੱਜ ਮੈਂ ਸਵੇਰੇ ਸਵੇਰੇ ਵੀ ਦੇਖੇ ਹਟੀ ਹਾਂ ਇਹਨਾਂ ਨੂੰ। ਫਿਲਮ ਦੇ ਵਿੱਚ ਦਿੱਤੀਆਂ ਜਾਂ ਅਸਲ ਦੇ ਵਿੱਚ? ਨਹੀਂ, ਫਿਲਮ ਦੇ ਵਿੱਚ, ਅਸਲ ਦੇ ਵਿੱਚ। ਸੁਣਾਇਓ ਮਾੜਾ ਡਾਇਲੋਗ ਉਹ ਇੰਦਰ ਵੀਰੇ, ਉਵੇਂ ਉਹੀ ਕਰੈਕਟਰ 'ਚ ਆ ਜਾਓ ਇੱਕ ਵਾਰ, ਤੁਸੀਂ ਜਾ ਸਕਦੇ ਹੋ ਜੀ ਉੱਥੇ ਬੈਠ ਸਕਦੇ ਹੋ, ਅਤੇ ਉਹੀ ਕਰੈਕਟਰ ਜਿਹੜਾ ਫਿਲਮਾਂ ਦੇ ਵਿੱਚ ਹੁੰਦਾ, ਅਤੇ ਅੱਜ ਉਹੀ ਕੈਮਰੇ ਸਾਹਮਣੇ ਦੁਬਾਰੇ ਦਿਖਾਉਣਗੇ ਬਾਈ ਹੋਰੀ ਕਰਕੇ। ਸ਼ੁਰੂ ਤੁਹਾਡੇ ਤੋਂ ਕਰਦੇ, ਦੱਸੋ ਵੇ ਚੋਰਿਆ, ਵੇ ਤੈਨੂੰ ਸ਼ਰਮ ਨਹੀਂ ਆਈ? ਆ ਕੀ ਚੰਨ ਚਾੜਿਆ, ਪਾਤੀ ਨਾ ਦਾੜੀ ਚ ਖੇ, ਆਹੀ ਕਸਰ ਰਹਿੰਦੀ ਸੀ ਬਸ। ਨਾ ਭਾਈ ਮੈਂ ਦੱਸ ਕੀ ਤੇਰੇ ਲਾਟੂ ਤੋੜ ਲਿਆ ਹੈ, ਦੱਸ ਮੈਂ ਤੈਨੂੰ ਕੀ ਕਹਿਤਾ ਖੇ ਨੂੰ, ਕੀ ਕਰਤਾ ਭਾਈ ਤੇਰਾ ਮੈਂ ਮਾੜਾ ਹੈ ਹਜਾ? ਨਾ ਹੋਰ ਤੂੰ ਕੀ ਕਰੇਗਾ ਹੈ, ਆ ਵਿਆਹ ਕਰਾ ਕੇ ਆਇਆ, ਸ਼ਰਮ ਨਹੀਂ ਆਉਂਦੀ ਤੈਨੂੰ? ਕਿਉਂ, ਆ ਲੋਕਾਂ ਦੇ ਮੁੰਡੇ ਵਿਆਹ ਕਰਾਉਂਦੇ ਨੇ ਉਹਨੂੰ ਤਾਂ, ਅੱਛਾ ਉਹਨੂੰ ਸ਼ਰਮ ਆ ਜੇ ਹੈ, ਜੇ ਮੈਂ ਵਿਆਹ ਕਰਾ ਲਿਆ ਮੈਨੂੰ ਸ਼ਰਮ ਵਾਲੀਆਂ ਗੱਲਾਂ ਆਉਣ ਲੱਗ ਗਈਆਂ। ਜੱਸੇ ਨਾਲ ਵਿਆਹ ਕਰਾ ਕੇ ਤਾਂ ਦੇਖ, ਤੈਨੂੰ ਗੋਡਿਆਂ ਥੱਲੇ ਧਰ ਲੂ। ਕਿਆ ਬਾਤ ਹੈ, ਕਿਆ ਬਾਤ ਹੈ, ਤੇ ਦੇਖਿਓ ਹਜੇ ਫਿਰ ਇੰਜੋਏ ਕਰਿਓ। ਬੰਦਾ ਇਹ ਆ ਬਾਈ, ਸਾਨੂੰ ਸਾਰੀਆਂ ਸਟੋਰੀਆਂ ਲਿਖਾ ਕੇ ਲਿਖ ਕੇ ਦੇ ਦਿੰਦਾ ਆਹ ਚੱਕ, ਅਤੇ ਸਾਨੂੰ ਭੈਣ ਅੱਗੇ ਦੇ ਮੁੰਡੇ ਖੜਾ ਕਰ ਦਿੰਦਾ, ਅਤੇ ਆਪ ਸਾਲਾ ਮਗਰ ਲੁਕ ਜਾਂਦਾ। ਇਹਨੂੰ ਪੁੱਛੋ ਮਰਦਾ ਵੀ ਸਟੋਰੀ, ਤੁਸੀਂ ਆਪ ਅੱਗੇ ਨਹੀਂ ਆਉਂਦੇ ਹੈਗੇ, ਇੰਦਰ ਦੇ ਚਰਚੇ ਕਰਾ ਰੱਖਿਆ ਚਾਰੇ ਪਾਸੇ, ਕਹਿੰਦੇ ਇੰਦਰ ਇਹੋ ਜਿਹੀਆਂ ਸਟੋਰੀਆਂ ਲੈ ਕੇ ਕਿੱਥੋਂ ਆਉਂਦਾ, ਕੀ ਕਾਰਨ ਹੈ? ਵੀਰੇ ਮੈਨੂੰ ਨਾ ਐਵੇਂ ਰਹਿੰਦਾ ਗਾ, ਜੇ ਆਪਾਂ ਕੈਮਰੇ ਦੇ ਅੱਗੇ ਆਉਣ ਲੱਗ ਗਏ ਵੀ ਉੱਧਰੋਂ ਫੀਲ ਨਾ ਟੁੱਟ ਜੇ, ਆਪਾਂ ਨੇ ਆਡੀਅੰਸ ਹੋਰ ਜੋੜਨੀ ਹੈਗੀ, ਹੋਰ ਚੀਜ਼ਾਂ ਲੈ ਕੇ ਆਉਣੀਆਂ ਨੇ ਉਹ 'ਚ ਵਧੀਆ, ਤਾਂ ਜੋ ਬਿਹਤਰੀਨ ਤਰੀਕੇ ਨਾਲ ਆਪਾਂ ਹੋਰ ਪੇਸ਼ ਕਰ ਸਕੀਏ। ਇਸੇ ਕਾਰਨ ਮੇਰੀ ਜ਼ਿੰਮੇਵਾਰੀ ਹੈ ਜਿਹੜੀ, ਉਹ ਮਤਲਬ ਬਹੁਤ ਵੱਡੀ ਹੈਗੀ, ਕਿਉਂਕਿ ਐਂ ਹੁੰਦਾ ਵੀ ਅੱਗੇ ਵਾਲਾ ਜਿਹੜਾ ਪਾਰਟ ਹੈ ਉਹ ਉਦੋਂ ਵੀ ਜ਼ਿਆਦਾ ਬਿਹਤਰੀਨ ਹੋਵੇ, ਤਾਂ ਕਰਕੇ ਮੈਂ ਉਹਨੂੰ ਐਂ ਰਹਿੰਦਾ ਵੀ ਆਪਾਂ ਉਹੀ ਜ਼ਿੰਮੇਵਾਰੀ, ਜਾਣੀ ਮਾਲਦਾਰ ਛੜਾ ਸਾਰਾ ਤੁਸੀਂ ਲਿਖ ਰਹੇ ਹੋ? ਹਾਂਜੀ, ਹਾਂਜੀ, ਮੇਰਾ ਪਿੰਡ ਅਨਮੋਲ ਹੈ ਵੀਰੇ। ਸਾਰੀ ਟੀਮ ਯਾਰ ਆਪਾਂ ਆਪਣੀ ਜ਼ਿੰਮੇਵਾਰੀ ਸਮਝਦੇ, ਜ਼ਿੰਮੇਵਾਰੀ ਇਹ ਰਾਈਟਰ ਦੀ ਜ਼ਿੰਮੇਵਾਰੀ ਹੈ ਜੀ, ਇਹਨੇ ਸਾਨੂੰ ਐਪੀਸੋਡ ਤਿਆਰ ਕਰਕੇ ਦੇਣਾ, ਜਿਵੇਂ ਮਰਜ਼ੀ ਤਿਆਰ ਕਰਕੇ ਦੇਵੇ, ਅਤੇ ਇਹ ਬੰਦੇ ਦੀ ਸਿਰਫ ਕੈਮਰੇ 'ਤੇ ਡਿਊਟੀ ਹੁੰਦੀ ਵੀ ਸਾਰਾ ਕੁਝ ਸਾਹਮਣਾ ਇਹਦੇ ਨਾਲ, ਅਤੇ ਉਹ ਮੁੰਡੇ ਨੇ ਡਾਇਰੈਕਸ਼ਨ ਦੇਣੀ, ਕੈਮਰਾ ਐਡੀਟਿੰਗ ਉਹਦਾ ਸਾਰਾ ਸਿਸਟਮ ਉਹਦਾ, ਅਤੇ ਬਾਕੀ ਸਾਡਾ ਐਕਟ ਦਾ ਖੜਾ ਧਿਆਨ ਹੁੰਦਾ, ਕਿਉਂਕਿ ਹਰ ਇੱਕ ਬੰਦਾ ਆਪਦੀ ਆਪਦੀ ਜ਼ਿੰਮੇਵਾਰੀ ਸਮਝ ਰਿਹਾ ਇੱਥੇ, ਤਾਂ ਉਹ ਥੋੜ੍ਹਾ ਲੰਬਾ ਸਿਸਟਮ ਚੱਲੀ ਜਾਂਦਾ ਇਹ, ਜਦੋਂ ਜ਼ਿੰਮੇਵਾਰੀ ਭੱਜਣ ਲੱਗ ਗਏ ਖਿੰਡ ਜੋ ਬਾਈ ਉੱਤੇ, ਫਿਰ ਤਿੱਤਰ ਬਿੱਤਰ ਹੋ ਜੂ ਕੰਮ ਸਾਰਾ। ਇਹ ਟੀਮ ਸਾਰੀ ਪਿਆਰ ਦੇ ਸਿਰ 'ਤੇ ਖੜਾਈ ਹੋਈ ਹੈ, ਬਿਲਕੁਲ ਬਾਈ, ਸਾਰਾ ਪਰਿਵਾਰ ਵੀ ਪਿਆਰ ਸਿਰ 'ਤੇ ਹੁੰਦਾ, ਜਦੋਂ ਪਰਿਵਾਰ 'ਚ ਪਿਆਰ ਖਤਮ ਹੋ ਗਿਆ ਤਾਂ ਪਰਿਵਾਰ ਖਤਮ ਹੋ ਗਿਆ, ਠੀਕ ਹੈ ਨਾ, ਟੀਮ ਵੀ ਇੱਕ ਟੀਮ ਨਹੀਂ ਸਾਡਾ ਹੁਣ ਪਰਿਵਾਰ ਆ ਇਹ, ਜੇ ਉਹ 'ਚ ਇੱਕ ਬੰਦਾ ਘੱਟ ਜੇ, ਜਿਵੇਂ ਹੁਣ ਜੱਸਾ ਨਹੀਂ ਅੱਜ ਹੈਗਾ ਸਾਡੇ 'ਚ, ਸਾਨੂੰ ਕਿਤੇ ਨਾ ਕਿਤੇ ਅਸੀਂ ਇੱਕ ਦੂਜੇ ਨਾਲ ਚਾਹੇ ਗੱਲ ਦਿਲ 'ਚ ਨਹੀਂ ਕਰ ਰਹੇ, ਪਰ ਸਾਡੇ ਦਿਲ 'ਚ ਕਿਤੇ ਥੋੜ੍ਹੀ ਤਾਰ ਜੀ ਵੱਜੀ ਜਾਂਦੀ ਆ ਵੀ ਯਾਰ ਜੀ ਅੱਜ ਉਹ ਹੁੰਦਾ ਬੰਦਾ ਯਾਰ ਹੱਸ ਦੇਖੇ, ਹੁਣ ਜੋ ਹੁੰਦਾ ਰੰਗ ਬੰਨਿਆ ਹੁੰਦਾ ਪਿਆ ਜੋ ਹੁੰਦਾ ਕਿਤੇ। ਬਾਈ ਸਵਾਲ ਮੇਰਾ ਅਗਲਾ, ਕਈ ਸਾਰੇ ਕੰਟੈਂਟ ਤੁਹਾਡੇ ਵਾਇਰਲ ਹੋਏ ਆ, ਅਤੇ ਉਹਨਾਂ ਥੱਲੇ ਗਾਲਾਂ ਵੀ ਬਹੁਤ ਜ਼ਿਆਦਾ ਪਈਆਂ ਨੇ, ਅਤੇ ਕਾਰਨ ਕੀ ਹੈ ਕਿ ਲੋਕ ਇੰਨੀਆਂ ਗਾਲਾਂ ਕਿਉਂ ਕੱਢਦੇ ਆ, ਖਾਸ ਕਰਕੇ ਜਦੋਂ ਇਹੋ ਜਿਹੀਆਂ
ਜਿਵੇਂ ਤੁਸੀਂ ਪਹਿਲਾਂ ਆਖਿਆ ਕਿ ਦੋ ਮੂਹੇ ਲੋਕ ਹੁੰਦੇ ਆ ਕਿ ਉਹਨਾਂ ਨੇ ਚੰਗੇ 'ਤੇ ਵੀ ਗਾਲਾਂ ਕੱਢਣੀਆਂ ਮੰਦੇ 'ਤੇ ਵੀ ਗਾਲਾਂ ਕੱਢਣੀਆਂ, ਕਾਰਨ ਕੀ ਬਣਦਾ ਕਿ ਤੁਹਾਡੇ ਨਾਲ ਇੰਨੇ ਵਿਵਾਦ ਕਿਉਂ ਜੁੜਦੇ ਆ? ਬਾਈ ਜਦੋਂ ਫਿਰ ਫੁੱਲਾਂ ਦੀ ਖੁਸ਼ਬੂ ਲੈਣੀ ਆ ਨਾ, ਫਿਰ ਕੰਡੇ ਵੀ ਬਰਦਾਸ਼ਤ ਕਰਨੇ ਸਿੱਖੀਏ। ਘਰੇ ਇੱਕ ਗੁਲਾਬ ਦਾ ਬੂਟਾ ਲਾਉਣੇ ਤੋਂ ਉੱਪਰ ਆਪਾਂ ਤਾਂ ਗੁਲਾਬ ਦਾ ਫੁੱਲ ਤਾਂ ਦੇਖ ਲੈਂਦੇ ਹਾਂ, ਖੁਸ਼ਬੂ ਵੀ ਵਧੀਆ ਸੋਹਣੀ ਆਉਂਦੀ ਹੈ, ਪਰ ਉਹਦੇ ਨੀਚੇ ਕੰਡੇ ਵੀ ਹੁੰਦੇ ਨੇ। ਸਭ ਕੁਛ ਹੈ, ਕੰਡੇ ਵੀ ਆਉਣਗੇ ਅਤੇ ਖੁਸ਼ਬੂ ਵੀ ਆਊਗੀ। ਜੇ ਨਾਲ ਸਾਨੂੰ ਗਾਲਾਂ ਵੀ ਆਉਂਦੀਆਂ ਨੇ ਤਾਂ ਐਪਰੀਸ਼ੀਏਟ ਵੀ ਕਰਦੇ ਨੇ ਲੋਕ। ਇਹ ਨਹੀਂ ਹੈ ਵੀ ਇਕੱਲੇ ਗਾਲਾਂ ਹੀ ਆਉਂਦੀਆਂ ਨੇ, ਕਿਉਂਕਿ ਜਿਹੜੀ ਵੱਡੀ ਗੱਲ ਹੈ ਵੀਰੇ ਉਹ ਲੋਕਾਂ ਦੀ ਮਾਨਸਿਕਤਾ ਦੀ ਬਾਹਲੀ ਵੱਡੀ ਗੱਲ ਹੈ। ਕਿਉਂਕਿ ਜੇ ਸਿਆਣੇ ਬੰਦੇ ਦੇ ਹੱਥ ਦੇ ਵਿੱਚ ਨਾ ਤੁਸੀਂ ਅੰਮ੍ਰਿਤ ਫੜਾ ਦਿਓ, ਜੇ ਨਾ ਤੁਸੀਂ ਸਿਆਣੇ ਬੰਦੇ ਨੂੰ ਜ਼ਹਿਰ ਵੀ ਫੜਾ ਦਿਓ, ਉਹ ਵੀ ਉਹਨੂੰ ਅੰਮ੍ਰਿਤ ਵਾਂਗੂ ਯੂਜ ਕਰ ਲੂਗਾ। ਜੇ ਕਮਲੇ ਬੰਦੇ ਨੂੰ ਤੁਸੀਂ ਅੰਮ੍ਰਿਤ ਫੜਾਤਾ, ਉਹ ਵੀ ਉਹਨੂੰ ਜ਼ਹਿਰ ਸਮਝ ਕੇ ਵੇਸਟ ਕਰ ਦੂਗਾ। ਇਹ ਤਾਂ ਲੋਕਾਂ ਦੀ ਸਮਝ 'ਤੇ ਡਿਪੈਂਡ ਕਰਦਾ ਵੀ ਆਪਾਂ ਕਿਹੜੀ ਚੀਜ਼ 'ਚੋਂ ਕੀ ਲੈਂਦੇ ਹੈਗੇ। ਜਿਹੜੇ ਸਾਡੇ ਕੰਟੈਕਟ ਨੇ, ਇੱਕ ਆਮ ਬੰਦਾ ਹੈ ਜਿਵੇਂ ਉਹ ਆਪਣੀ ਜ਼ਿੰਦਗੀ 'ਚ 5,000 ਸ਼ਬਦ ਹੀ ਯੂਜ ਕਰਦਾ, ਉਦੋਂ ਵੱਧ ਕਰਦਾ ਨਹੀਂ ਹੈਗਾ। ਜੇ ਕੋਈ ਬਾਹਲਾ ਟਰੈਵਲ ਕਰਦਾ, ਪੜ੍ਹਿਆ ਲਿਖਿਆ ਗਾ, ਕੋਈ ਬਾਹਲੀ ਸਟੱਡੀ ਕਰ ਰਿਹਾ ਗਾ, ਉਹ ਵੱਧ ਤੋਂ ਵੱਧ 6,000 ਕਰੂਗਾ, ਇੱਦੋਂ ਵੱਧ ਨਹੀਂ ਸ਼ਬਦ ਯੂਜ ਕਰਦਾ। ਹੁਣ ਜਿਹੜੀਆਂ ਚੀਜ਼ਾਂ ਨਿਕਲ ਕੇ ਆਉਣੀਆਂ ਨੇ ਉਹ 5,000-6,000 ਸ਼ਬਦਾਂ ਦੇ ਵਿੱਚੋਂ ਹੀ ਨਿਕਲ ਕੇ ਆਉਣੀਆਂ ਨੇਗੀਆਂ। ਜਿਹੜੀਆਂ ਇਹ ਸਾਡੀਆਂ ਚੀਜ਼ਾਂ ਨੇ ਇਹ ਵੀ ਉਹਨਾਂ ਦੇ ਵਿੱਚ ਹੀ ਨੇਗੀਆਂ। ਇਹ ਤਾਂ ਲੋਕਾਂ ਦੀ ਮਾਨਸਿਕਤਾ ਵੀ ਉਹਦੇ ਵਿੱਚੋਂ ਲੈਣਾ ਕੀ ਹੈ। ਲੱਗਦਾ ਕਿ ਸਾਡੇ ਸਮਾਜ ਦੀਆਂ ਗੱਲਾਂ ਨੇ, ਸਾਡੇ ਸਮਾਜ 'ਚ ਗੱਲਾਂ ਵਿਚਰਦੀਆਂ ਨੇ ਅਤੇ ਇਹਨਾਂ ਨਾਲ ਐਡੇ ਵਿਵਾਦ ਨਹੀਂ ਜੋੜਨੇ ਚਾਹੀਦੇ ਕਿ ਅਕਸਰ ਸਾਡੇ ਸਮਾਜ ਦੇ ਵਿੱਚ ਗੱਲਾਂ ਹੁੰਦੀਆਂ ਨੇ। ਅਸਲੀਅਤ ਲੈ ਕੇ ਆਉਂਦੇ ਤੁਸੀਂ? ਬਿਲਕੁਲ ਬਾਈ ਯਾਰ, ਸਾਰੀਆਂ ਪਿੰਡਾਂ ਵਾਲੀ ਗੱਲਾਂ ਨੇ, ਅਸੀਂ ਕਿਹੜਾ ਅੰਗਰੇਜ਼ ਹਾਂ ਯਾਰ ਵੀ ਅਸੀਂ ਅੰਗਰੇਜ਼ੀ ਗੱਲਾਂ ਲੈ ਕੇ ਆਉਂਦੇ ਹਾਂ। ਜੇ ਸਾਡੇ ਸਾਹਮਣੇ ਕੋਈ ਚੀਜ਼ ਵਿਚਰਦੀ ਹੈ, ਸਾਡੇ ਸਾਹਮਣੇ ਘਟਨਾ ਵਾਪਰਦੀ ਹੈ, ਤਾਂ ਫਿਰ ਅਸੀਂ ਉਹਨੂੰ ਰੀਪ੍ਰਜੈਂਟ ਕਰ ਦਿੰਦੇ ਹਾਂ, ਅਸੀਂ ਐਕਟ ਥਰੂ ਕਰ ਦਿੰਦੇ ਰੀਪ੍ਰਜੈਂਟ। ਹੁਣ ਗੱਲ ਇੰਨੀ ਕਿ ਵੀ ਜਿਹੜੇ ਗਾਣਾ ਗੰਦੇ ਗੀਤ ਗਾਉਂਦੇ ਨੇ ਉਹ 3 ਮਿੰਟ ਦੇ ਵਿੱਚ ਗੀਤ ਗਾ ਕੇ ਸੁਣਾ ਦਿੰਦੇ, ਉਹ ਲੋਕ ਬਸ ਇੰਜੋਏ ਕਰ ਲੈਂਦੇ ਨੇ। ਅਸੀਂ ਉਹ 3 ਮਿੰਟ ਨੂੰ ਜੇ ਅਸੀਂ ਫਿਲਮਾਉਣ ਲੱਗ ਜਾਈਏ ਤਾਂ ਅਸੀਂ 30 ਮਿੰਟ 'ਚ ਫਿਲਮਾ ਦਾਂਗੇ, ਫਿਰ ਸਾਨੂੰ ਲੋਕ ਕਹਿਣਗੇ ਵੀ ਯਾਰ ਵੀ ਆਹ ਕੀ ਕਰਤਾ ਉਹ ਕੀ ਕਰਤਾ, ਲੋਕਾਂ ਦੀ ਮਾਨਸਿਕਤਾ ਯਾਰ। ਹਾਂ ਇੰਦਰ ਬਾਈ, ਬਹੁਤ ਸਮਾਂ ਦਿੱਤਾ, ਤੁਹਾਡੀ ਟੀਮ ਨਾਲ ਬਹੁਤ ਸੋਹਣਾ ਲੱਗਿਆ ਮੈਨੂੰ ਸਮਾਂ ਸਪੈਂਡ ਕਰਕੇ, ਬਹੁਤ ਬਹੁਤ ਧੰਨਵਾਦ ਤੁਹਾਡਾ। ਧੰਨਵਾਦ ਬਾਈ ਤੇਰਾ ਵੀ, ਫੋਨ ਨੰਬਰ ਦੇ ਜੀ ਮੈਨੂੰ ਕਹਿੰਦੇ ਹੁੰਦਾ। ਅਤੇ ਬਾਈ ਟੀਮ ਸਾਰੀ ਦੇਖ ਲਈ ਤੁਸੀਂ, ਇੱਕ ਵਾਰ ਸਾਰੀ ਟੀਮ ਨੂੰ ਤੁਹਾਡੇ ਰੂਬਰੂ ਵੀ ਕਰਵਾਤਾ, ਇੰਟਰਵਿਊ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ। ਬਬਲ ਕੁਛ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ? ਬਸ ਆਹੀ ਕਹਿਣਾ ਜੀ, ਸ਼ੇਅਰ ਕਰ ਦਿਓ ਸਾਰੇ, ਸ਼ੇਅਰ ਕਰ ਦਿਓ। ਅਤੇ ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਸੋਰੀ ਮੈਂ ਤੁਹਾਡੇ ਨਾਲ ਡਿਸਕਸ ਕਰਦੀ ਹਾਂ। ਇੱਕ ਵਾਰੀ ਨਾ ਇੱਕ ਯੂਟਿਊਬਰ ਨੂੰ ਫਾਂਸੀ ਦੀ ਸਜ਼ਾ ਹੋਣ ਲੱਗੀ ਅਤੇ ਜੱਜ ਨੇ ਉਹਨੂੰ ਕਿਹਾ ਕਿ ਤੇਰੀ ਕੋਈ ਆਖਰੀ ਖੁਆਇਸ਼ ਹੈਗੀ ਆ, ਤਾਂ ਉਹਨੇ ਪਤਾ ਕੀ ਕਿਹਾ ਕਿ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕਨ ਜ਼ਰੂਰ ਪ੍ਰੈੱਸ ਕਰ ਲਓ। ਅਤੇ ਮੈਂ ਵੀ ਇਹੀ ਕਹਿੰਦੀ ਹਾਂ ਕਿ ਸਬਸਕ੍ਰਾਈਬ ਕਰ ਲਿਓ ਚੈਨਲ ਅਤੇ ਬੈੱਲ ਆਈਕਨ ਪ੍ਰੈੱਸ ਕਰ ਦਿਓ। ਪੇਜ ਤੇ ਪਾਉਣਾ ਫਿਰ? ਫਿਰ ਸਾਡਾ ਪੇਜ ਫੋਲੋ ਕਰ ਲਓ, ਜਿੱਥੇ ਵੀ ਇੰਟਰਵਿਊ ਆਉਂਦੀ ਹੈ ਬਸ ਉਹਨੂੰ ਫੋਲੋ ਕਰ ਲਓ। ਬਹੁਤ ਬਹੁਤ ਧੰਨਵਾਦ ਸਾਡੇ ਲਈ, ਇਹ ਬਹੁਤ ਖਾਸ ਅਪੀਲ ਕਰ ਗਏ ਤੁਸੀਂ, ਥੈਂਕ ਯੂ। ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ। ਬਹੁਤ ਬਹੁਤ ਧੰਨਵਾਦ, ਅਸੀਂ ਇੰਟਰਵਿਊਜ਼ ਤੁਹਾਡੇ ਰੂਬਰੂ ਲੈ ਕੇ ਹੁੰਦੇ ਰਹਾਂਗੇ। ਬਹੁਤ ਬਹੁਤ ਧੰਨਵਾਦ, ਦੇਖਦੇ ਰਹੋ ਕੈਂਟ ਪੰਜਾਬ। ਅਤੇ ਉਹ ਸ਼ਖਸੀਅਤ ਆ ਜਿਹੜੇ ਬਾਈ ਹੋਰਾਂ ਦੀਆਂ ਫਿਲਮਾਂ ਲਿਖਦੇ ਆ, ਬਾਈ ਕਿਵੇਂ ਕੰਸੈਪਟ ਯੂਨੀਕ ਜੇ ਦਿਮਾਗ 'ਚ ਆਉਂਦੇ ਆ? ਵੀਰੇ ਕੰਸੈਪਟ ਤਾਂ ਹੈ ਨਾ ਆਪਣੇ ਉਹੀ ਹੁੰਦੇ ਹੈਗੇ ਜਿਹੜੇ ਆਮ ਘਰਾਂ ਦੇ ਵਿੱਚ ਗੱਲਾਂ ਚੱਲਦੀਆਂ ਨੇ ਲੋਕਾਂ ਦੇ ਵਿੱਚ। ਅੱਜ ਕੱਲ੍ਹ ਦੇਖੋ ਨਾ ਜਿਵੇਂ ਕੁੜੀਆਂ ਦਾ ਜਿਹੜੀ ਲਿੰਗ ਅਨੁਪਾਤ ਹੈ ਨਾ ਬਹੁਤ ਘੱਟ ਨੇ, ਕੁੜੀਆਂ ਦੀ ਗਿਣਤੀ ਘੱਟ ਹੈ। ਮਾਲਦਾਰ ਛੜਾ ਵੀ ਇੱਕ ਉੱਥੋਂ ਹੀ ਨਿਕਲੀ ਹੋਈ ਹੈ, ਜਿਹੜੇ ਬ੍ਰੇਨ ਡਰੇਨ ਹੋਈ ਜਾਂਦਾ ਹੈ ਨਾ ਕੁੜੀਆਂ ਆਈਲੈਟਸ ਕਰਕੇ ਬਾਹਰੇ ਆਈ ਜਾਂਦੇ ਨੇ, ਮੁੰਡੇ ਇੱਥੇ ਫਰੀ ਜਾਂਦੇ ਨੇ ਪਹਿਲਾਂ। ਅਤੇ ਮੈਨੂੰ ਦਿਮਾਗ 'ਚ ਤਾਂ ਇਹ ਮਾਲਦਾਰ ਛੜਾ ਉੱਥੋਂ ਹੀ ਆਇਆ ਸੀ, ਉਦੋਂ ਬਾਅਦ ਮੈਂ ਇਹਨੂੰ ਕਮੈਡੀ ਤੌਰ 'ਤੇ ਲਿਜਾਣ ਖਾਤਰ ਇਹਨੂੰ ਇੱਕ ਪੁਰਾਣੇ ਨਾਲ ਅਟੈਚ ਕਰਤਾ, ਪੁਰਾਣੇ ਸਮੇਂ ਦਾ। ਠੀਕ ਹੈ, ਅਤੇ ਬਾਈ ਇਹਨੇ ਵਿਵਾਦ ਕਿਉਂ ਜੁੜਦੇ ਆ, ਕਾਰਨ ਕੀ ਆ? ਵਿਵਾਦਾਂ ਦਾ ਕਾਰਨ ਵੀਰੇ ਇਹ ਹੈਗਾ, ਕਿਉਂਕਿ ਜਦੋਂ ਇਹਦਾ ਮੇਨ ਕਾਰਨ ਪਤਾ ਵੀ ਵਿਵਾਦਾਂ ਦਾ ਕੀ ਹੈ, ਲੋਕਾਂ ਦੀ ਮਾਨਸਿਕਤਾ ਹੈ। ਇਹਦੇ ਵਿੱਚ ਕੋਈ ਐਡੀ ਕੋਈ ਅਸ਼ਲੀਲਤਾ ਵਾਲੀ ਗੱਲ ਨਹੀਂ, ਕਿਉਂਕਿ ਘਰਾਂ ਦੇ ਵਿੱਚ ਟੀ ਵੀ ਨੇ, ਹਰ ਇੱਕ ਦੇ ਹੱਥ ਦੇ ਵਿੱਚ ਸਮਾਰਟਫੋਨ ਹੈ, ਉਹਦੇ ਵਿੱਚ ਸਭ ਕੁਛ ਹੈ। ਅਤੇ ਦੂਜੀ ਗੱਲ ਇਹ ਹੈ, ਇੱਕ ਨਾ ਆਪਣੇ ਓਸ਼ੋ ਹੋਏ ਸੀਗੇ, ਤੁਹਾਨੂੰ ਪਤਾ ਹੋਊਗਾ, ਬਿਲਕੁਲ 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 ਬਿਲਕੁਲ
ਉਹਨਾਂ ਦੀਆਂ ਤੁਸੀਂ ਗੱਲਾਂ ਉਹਨਾਂ ਨੂੰ ਇੱਕ ਵਾਰੀ ਕੁਐਸਚਨ ਕਰਿਆ ਅਸੀਂ ਕਿਸੇ ਪੱਤਰਕਾਰ ਨੇ, ਕਹਿੰਦੇ ਵੀ ਤੁਸੀਂ ਸੈਕਸ 'ਤੇ ਜਾਂ ਅਸ਼ਲੀਲਤਾ 'ਤੇ ਹੀ ਕਿਉਂ ਬੋਲਦੇ ਹੋ? ਤਾਂ ਉਹਨਾਂ ਨੇ ਜਵਾਬ ਦਿੱਤਾ ਬੜੇ ਵਿਵੇਕੀ ਨਾਲ, ਕਹਿੰਦੇ ਵੀ ਮੈਨੂੰ ਸਭ ਤੋਂ ਵੱਡੀ ਸਮੱਸਿਆ ਜਿਹੜੀ ਉਹ ਲੱਗਦੀ ਉਹ ਦੁਨੀਆ 'ਚ ਇਹ ਹੈ, ਜੇ ਲੋਕਾਂ ਦੀ ਮਾਨਸਿਕਤਾ ਜੇ ਅੜਕੀ ਹੋਈ ਹੈ ਤਾਂ ਉਹ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਅਸ਼ਲੀਲਤਾ 'ਤੇ ਅੜਕੀ ਪਈ ਹੈ, ਇਹ ਚੀਜ਼ਾਂ 'ਤੇ ਅੜਕੀ ਪਈ ਹੈ। ਕਿਉਂਕਿ ਇਹਦੇ ਵਿੱਚ ਆਪਾਂ ਬਾਹਰ ਜਾਣਾ ਚਾਹੁੰਦੇ ਹਾਂ, ਹਰ ਇੱਕ ਚੀਜ਼ ਆਪਾਂ ਨੂੰ ਵੈਸਟਰਨ ਦੀ ਪਸੰਦ ਹੈ, ਇੱਥੇ ਤੱਕ ਕਿ ਆਪਣੇ ਜਿਹੜੇ ਹੁਣ ਪਾਏ ਹੋਏ ਨੇ ਕੱਪੜੇ, ਆਹ ਪੈਂਟ ਹੈ ਕਾਰਗੋ ਦੀ ਹੈ ਇਹ ਵੀ ਵੈਸਟਰਨ ਦੀ ਹੈ, ਆਹ ਜੀਨ ਹੈ ਤੁਹਾਡੀ ਇਹ ਵੀ ਫੋਰਨ ਦੀ ਹੈਗੀ, ਹਰ ਇੱਕ ਚੀਜ਼ ਹੈ ਜਿਹੜੀ ਉਹ ਵੈਸਟਰਨ ਦੀ ਪਸੰਦ ਹੈ ਆਪਾਂ ਨੂੰ, ਪਰ ਆਪਾਂ ਸੋਚ ਹੈ ਜਿਹੜੀ ਆਪਣੀ ਉਹ ਨਹੀਂ ਆਪਾਂ ਬਦਲਣੀ ਚਾਹੁੰਦੇ। ਲੋਕ ਚਾਹੁੰਦੇ ਨੇ ਹੈ ਨਾ ਵੀ ਹੀਰ ਹੋਵੇ ਪਰ ਉਹ ਸਾਡੇ ਨਾ ਹੋਵੇ, ਗਵਾਂਢੀਆਂ ਦੇ ਹੋਵੇ, ਸਹੀ ਹੈ, ਲੋਕ ਇੱਥੇ ਜਿਹੜੇ ਪੈਂਦੇ ਗਏ, ਇਹ ਆਪਾਂ ਨੂੰ ਬਦਲ ਨਹੀਂ ਪਊਗੇ, ਇਹ ਆਪਾਂ ਨੂੰ ਚੇਂਜ ਕਰਨੀ। ਇੱਕ ਸਾਡੀ ਫਿਲਮ ਆਈ ਸੀ ਮਿਸ ਗਾਈਡ, ਜੇ ਤਾਂ ਦੇਖੀ ਹੋਵੇ, ਮਿਸ ਗਾਈਡ ਦੇ ਵਿੱਚ ਮੇਰੀ ਪਹਿਲਾਂ ਉਹ ਹਿੰਦੀ ਦੇ ਵਿੱਚ ਸਟੋਰੀ ਲਿਖੀ ਹੋਈ ਸੀ, ਉਹ 70-80 ਮਿੰਟਾਂ ਦੀ ਸਟੋਰੀ ਸੀ, ਜਦੋਂ ਮੈਂ ਇੰਦਰਵੀਰ ਨੂੰ ਸੁਣਾਈ ਮਿਸ ਗਾਈਡ, ਅਤੇ ਉਹ ਦਿੱਲੀ ਦੀ ਟੀਮ ਸੀ ਜਿਹੜੀ ਕੋਈ ਕਰ ਰਹੀ ਸੀ ਉਹਨੂੰ, ਇਹ ਕਹਿੰਦਾ ਵੀ ਯਾਰ ਆਪਾਂ ਨੇ ਕਰਨੀ ਹੈ, ਮੈਂ ਕਿਹਾ ਵੀ ਜੇ ਆਪਾਂ ਇਹ ਫਿਲਮ ਕਰੀ ਇਹ ਵਿਵਾਦ ਵਾਲੀ ਹੈ, ਮੈਂ ਕਿਹਾ ਵਿਵਾਦ ਹੋਜੂ ਇੱਦਾਂ ਦੇ ਕੰਸੈਪਟ ਨੇ ਜਿਹੜੇ ਹਿੰਦੀ 'ਚ ਸੋਹਣੇ ਲੱਗਦੇ ਨੇ, ਆਪਾਂ ਹਿੰਦੀ 'ਚ ਕਰਦੇ ਹਾਂ, ਆਪਾਂ ਪੰਜਾਬ 'ਚ ਰਹਿੰਦੇ ਹਾਂ, ਆਪਣੇ ਲੋਕ ਐਕਸੈਪਟ ਨਹੀਂ ਕਰਦੇ ਇਹਨਾਂ ਚੀਜ਼ਾਂ ਨੂੰ। ਬਾਈ ਕਹਿੰਦਾ ਵੀ ਤੂੰ ਇਹਨੂੰ ਕਨਵਰਟ ਕਰ ਦੁਬਾਰਾ, ਇਹਨੂੰ ਪੰਜਾਬੀ 'ਚ ਕਰਕੇ ਲਿਆ, ਅਤੇ ਚੱਲ ਮੈਂ 2-3 ਦਿਨ ਮੈਂ ਖਾਵੀ ਲੱਗ ਜਾਣਗੇ, ਮੈਂ ਉਹ ਪੰਜਾਬੀ ਦੇ ਵਿੱਚ ਕਰ ਲਈ। ਉਦੋਂ ਬਾਅਦ ਕਹਿੰਦੇ ਵੀ ਯਾਰ ਇਹਨੂੰ ਛੋਟ ਹੀ ਕਰੋ, ਲੈਂਥੀ ਹੈ ਆਪਣੀ ਵੀਡੀਓ, ਡੀਲਮ ਵੀ ਨਹੀਂ ਚੱਲਦੀ। ਅਸੀਂ ਨੇ ਉਹ 20-25 ਮਿੰਟਾਂ ਦੀ ਕਰਤੀ ਘਟਾ ਕੇ, ਅਤੇ ਉਦੋਂ ਬਾਅਦ ਜਦੋਂ ਅਸੀਂ ਨੇ ਉਹ ਸ਼ੂਟ ਕਰ ਲਈ, ਅਸੀਂ ਨੇ ਸ਼ੂਟ ਕਰ ਧਰ ਲਿਆ ਉਹਦਾ, ਉਦੋਂ ਵੀ ਉਹਦੇ ਵਿੱਚ ਇੰਨਾ ਕੁ ਜ਼ਿਆਦਾ ਵਿਵਾਦ ਹੋ ਗਿਆ। ਕਹਿੰਦੇ ਵੀ ਯਾਰ ਨਹੀਂ ਯਾਰ, ਇਹ ਤਾਂ ਜਮੀ ਮੰਨ ਲਓ ਚੈਕਟਰ ਨਾਲ ਅਸੀਂ ਸਾਰਿਆਂ ਨੂੰ ਸਟੋਰੀ ਸੁਣਾਤੀ ਪਹਿਲਾਂ ਵੀ ਇਹ ਹੈ, ਕਹਿੰਦੇ ਵੀ ਯਾਰ ਕੰਮ ਖਰਾਬ ਹੋ ਜਾਊਗਾ। ਫਿਰ ਵੀ ਉਹ ਤੋਂ ਬਾਅਦ ਵੀ ਸਿਨੇਮਾ ਐਂਡ 'ਤੇ ਨਾ ਉਹਦਾ ਕੁਐਸਚਨ ਮਾਰਕ ਸੀਗਾ, ਮਤਲਬ ਲੋਕਾਂ ਦੀ ਮਾਨਸਿਕਤਾ ਦੇਖਣ ਦੇ ਖਾਤਰ ਹੀ। ਉੱਥੋਂ ਉਹਨਾਂ ਦੇ ਕਮੈਂਟਾਂ 'ਚ ਪਤਾ ਚੱਲਿਆ ਹੈ ਨਾ ਵੀ ਕਸੂਰਵਾਰ ਐਕਚੁਅਲ 'ਚ ਹੈ ਕੌਣ ਨੇ ਇਹ ਲੋਕ। ਤੁਸੀਂ ਨੇ ਇੱਕ ਕਾਰ ਲੈਣੀ ਅੱਜ ਮੰਨ ਲਓ, ਤੁਸੀਂ ਸਭ ਤੋਂ ਪਹਿਲਾਂ ਕੀ ਦੇਖੋਗੇ? ਫੀਚਰਸ ਦੇਖਾਂਗੇ। ਹੋਰ ਕੀ ਦੇਖੋਗੇ? ਉਹਦੀ ਕਾਸਟ ਦੇਖਾਂਗੇ। ਹੋਰ ਸਭ ਤੋਂ ਮੇਨ ਗੱਲ ਤੁਸੀਂ ਭੁੱਲ ਗਏ ਨਾ, ਬ੍ਰਾਂਡ ਦੇਖਾਂਗੇ। ਨਹੀਂ, ਤੁਸੀਂ ਟੈਸਟ ਡਰਾਈਵ ਦੇਖੋਗੇ, ਕੋਈ ਵੀ ਗੱਡੀ ਲਓ, ਕਿਹਦੇ ਮਰਜ਼ੀ ਬ੍ਰਾਂਡ ਲਓ, ਟੈਸਟ ਡਰਾਈਵ ਜ਼ਰੂਰ ਦੇਖੋਗੇ। ਪਰ ਆਪਾਂ 20 ਸਾਲਾਂ ਦੀ ਕੋਈ ਆਪਣੇ ਜਵਾਕਾਂ ਨੂੰ ਆਪਾਂ ਕਰ ਦਿੰਦੇ ਹਾਂ, ਉਦੋਂ ਪਹਿਲਾਂ ਉਹਨੂੰ ਸਾਰਾ ਕੁਛ ਦੱਸ ਦਿਆਂਗੇ, ਪਰ ਇੱਕ ਇੱਦਾਂ ਦੀ ਐਜੂਕੇਸ਼ਨ ਬਾਰੇ ਆਪਾਂ ਉਹਨਾਂ ਨੂੰ ਜਮੀ ਦੱਸ ਦੇ। ਬਿਲਕੁਲ, ਇੱਕ ਦਿਨ ਉਹਨਾਂ ਨੂੰ ਆਪਾਂ ਕੀ ਕਰ ਦੇਵੇ, ਚੱਕ ਕੇ ਮੂਹਰੇ ਕਰ ਦਿੰਦੇ ਹਾਂ ਸਾਰਾ ਟੱਬਰ, ਫਿਰ ਉਹ ਸੱਟ ਤਾਂ ਖਾਣਗੇ, ਨੁਕਸਾਨ ਕਰਨਗੇ। ਜਦੋਂ ਜਿਸ ਚੀਜ਼ ਦੀ ਉਹਨੇ ਕਦੇ ਕੋਈ ਟੈਸਟ ਡਰਾਈਵ ਨਹੀਂ ਦੇਖੀ, ਇੰਨਾ ਅਣਜਾਣ ਰੱਖਿਆ, ਉਹ ਸੱਟ ਕਿਉਂ ਨਹੀਂ ਖਾਊਗਾ ਜੀ? ਕਿਆ ਬਾਤ ਹੈ, ਬਹੁਤ ਚੰਗੀ ਗੱਲ ਹੈ, ਸਹੀ। ਅਤੇ ਆਪਾਂ ਇਹ ਕੰਸੈਪਟ ਸਾਰੇ ਸਮਾਜ ਦੇ ਨੇ, ਸਾਡੇ ਸਮਾਜ ਦੇ ਨੇ, ਇਹ ਹੋਣੇ ਚਾਹੀਦੇ ਨੇ, ਖੁੱਲ੍ਹ ਕੇ ਹੋਣੇ ਚਾਹੀਦੇ ਨੇ, ਤਾਂ ਜੋ ਇਹ ਗੱਲਾਂ ਦੇ ਵਿੱਚੋਂ ਆਪਾਂ ਕੱਢ ਸਕੀਏ। ਮੇਰੇ ਨਾ ਚੰਡੀਗੜ੍ਹ ਪੜ੍ਹਦਾ ਸੀ, ਮੇਰੇ ਨਾਲ 70-80 ਕੁੜੀਆਂ ਪੜ੍ਹਦੀਆਂ ਸੀਗੀਆਂ, ਅਤੇ ਮੈਨੂੰ ਲੱਗਦਾ ਮੈਨੂੰ 5-4 ਕਾਲ ਨਹੀਂ ਕਰਦੇ ਹੋਣੀਆਂ, ਮੇਰਾ ਇੱਦਾਂ ਦਾ ਕਰੈਕਟਰ ਰਹੇਗਾ। ਜਿੰਨੇ ਜਿੱਥੇ ਮੇਰੇ ਨਾਲ ਪੜ੍ਹੇ ਨੇ ਜੁੜੇ ਨੇ, ਮੈਨੂੰ ਸਾਰੇ ਫੋਨ 'ਤੇ ਦੱਸਦੇ ਰਹਿੰਦੇ ਨੇ, ਕਿਉਂਕਿ ਲਿਖਣ ਵਾਲੇ ਬੰਦੇ ਨੂੰ ਨਾ ਜ਼ਿੰਦਗੀ ਦੇ ਵਿੱਚ ਵੱਧ ਵਿਚਰਨਾ ਪੈਂਦਾ, ਉਹ ਤਾਂ ਹੀ ਕੁਛ ਲਿਖ ਸਕਦਾ। ਮੈਂ ਇੱਦਾਂ ਦੇ ਐਕਸੀਡੈਂਟ ਦੇਖੇ ਨੇ ਖੁਸ਼ ਬਤੀਤ ਜ਼ਿੰਦਗੀਆਂ ਦੇ ਵਿੱਚ, ਵੀ ਉਹਨਾਂ ਦੀ ਜ਼ਿੰਦਗੀਆਂ ਜਿਹੜੀਆਂ ਅੰਦਰੋਂ ਤਬਾਹ ਹੋਈਆਂ ਪਈਆਂ ਨੇ, ਸਿਰਫ ਇਸੇ ਕਾਰਨ ਹੀ। ਇਹਦੀ ਨਾ ਤਾਂ ਕੋਈ ਐਜੂਕੇਸ਼ਨ ਦਿੰਦੇ ਚੀਜ਼ਾਂ ਦੀ, ਨਾ ਕੋਈ ਹੋਰ, ਇਹ ਲੁਕੋ ਰੱਖੀ ਆ, ਦੱਬ ਲਓ ਦੱਬ ਲਓ ਦੱਬ ਲਓ, ਉਹ ਫੋਟੋ ਗਲਤ ਪਾ ਦਿੱਤੀ ਜੀ, ਆ ਪਿੱਛੇ ਉਹ ਤੁਹਾਨੂੰ ਪਤਾ ਕੀ ਕੁਛ ਹੋਇਆ ਹੈ ਨਾ, ਇੱਕ ਕੁੜੀ ਦਾ ਪੇਜ ਬਲੌਕ ਕਰਤਾ। ਤੁਸੀਂ ਆਪਣੀ ਮਾਨਸਿਕਤਾ ਦੇਖੋ ਵੀ ਯਾਰ ਤੁਹਾਡੀ ਅਜੇ ਕਿੱਥੇ ਅੜੀ ਪਈ ਹੈਗੀ। ਕਿਆ ਬਾਤ ਹੈ ਬਾਈ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਬਹੁਤ ਸੋਹਣੇ ਵਿਚਾਰ ਲੱਗੇ ਮੈਨੂੰ ਤੁਹਾਡੇ, ਬਹੁਤ ਬਹੁਤ ਧੰਨਵਾਦ। ਹਾਂ ਜ਼ਰੂਰ ਵੀ ਤਾਂ ਹੈ ਨਾ,
ਜੇ ਕਦੇ ਆਪਾਂ ਨੂੰ ਖੁੱਲ੍ਹਾ ਟਾਈਮ ਮਿਲਿਆ, ਕਿਉਂਕਿ ਇਹ ਟੋਪਿਕ ਹੈ ਨਾ ਜਿਹੜਾ ਇਹ ਬਹੁਤ ਹੀ ਲੰਬਾ ਡਿਸਕਸ ਕਰਨ ਵਾਲਾ ਹੈਗਾ, ਕਿਉਂਕਿ ਇੰਨਾ ਤਾਂ ਮੈਨੂੰ ਪਤਾ ਕਿੰਤੂ ਪਰੰਤੂ ਵੀ ਬਹੁਤ ਬੰਦੇ ਦੀ ਆਊਗੀ, ਅਤੇ ਕੋਈ ਵੀ ਬੰਦਾ ਹੈ ਨਾ ਮੇਰੀ ਆਈ ਡੀ 'ਤੇ ਆ ਕੇ ਪਰਸਨਲੀ ਕਰ ਲਓ, ਮੇਰਾ ਨੰਬਰ ਵੀ ਪਾਇਆ ਹੋਇਆ, ਕਦੋਂ ਮਰਜ਼ੀ ਗੱਲ ਕਰ ਲਓ, ਜਿਹੜੇ ਬੰਦੇ ਨੇ ਵੀ ਇੱਦਾਂ ਡਿਸਕਸ ਕਰਨੀ ਟੋਪਿਕ 'ਤੇ ਆਪਾਂ ਖੁੱਲ੍ਹ ਕੇ ਡਿਸਕਸ ਕਰ ਸਕਦੇ ਹਾਂ ਕਿਤੇ, ਠੀਕ ਹੈ, ਕਿਉਂਕਿ ਇਹ ਇਹਨੂੰ ਫਾਈਨਲ ਹੈ ਨਾ ਇਹਨੂੰ ਪੂਰਾ ਖੋਲ੍ਹ ਕੇ ਰੱਖਣ ਵਾਲਾ ਹੈਗਾ, ਜੇ ਆਪਾਂ ਨੇ ਬਚਣਾ ਨਹੀਂ, ਇੱਦਾਂ ਦੇ ਐਕਸੀਡੈਂਟ ਆਪਣੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਵਿੱਚ ਆਪਣੇ ਸਮਾਜ 'ਚ ਹੁੰਦੇ ਰਹਿਣਗੇ, ਠੀਕ ਹੈ। ਸੋ ਵੀਡੀਓ ਚੰਗੀ ਲੱਗੀ ਯਾਰ, ਸ਼ੇਅਰ ਜ਼ਰੂਰ।